ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬਾਰ ਬਾਰ ਜਗਦੀਸਾ ਕੰਕਾਰ ਸਤਿਗੁਰੁ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਦੋਹਰਾ ਸੁਨ ਗੁਰ ਕੇ ਬਚ ਰਿਸ ਪਰੇ ਓਜ ਪ੍ਰਤਾਪ ਸਮੇਤ ਨੈ ਸਮਝਿਓ ਨਿੰਦਕ ਮਹਾ ਪ੍ਰਭ ਕੋ ਲਖਿਓ ਨਾ ਭੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ ਗੁਰੂ ਰੰਗ 'ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਗੁਰੂ ਪਾਤਸ਼ਾਹ ਦੀ ਪਵਿੱਤਰ ਅੰਮ੍ਰਿਤ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਸ਼੍ਰੀ ਹਰਗੋਬਿੰਦਪੁਰਾ ਨਗਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਸਾ ਰਹੇ ਨੇ। ਨਾਹਕ ਬਿਨਾਂ ਕਾਰਨ ਤੋਂ ਆਪਣੀ ਮਲਕੀਅਤ ਸਾਬਤ ਕਰਨ ਵਾਲਾ ਕੇਰੜ ਭਗਵਾਨ ਦਾਸ ਦਰਾਸਾਲ ਦਾ ਨਾਂ ਭਗਵਾਨ ਦਾਸ ਹੈ ਤੇ ਉਹਦੇ ਉਸ ਨਾਂ ਨੂੰ ਵੀ ਇਹਨੇ ਲਾਜ ਲਾਈ ਹੋਈ ਹੈ। ਬਹੁਤ ਜ਼ਿਆਦਾ ਆ ਕੇ ਗੁਰੂ ਪਾਤਸ਼ਾਹ ਕੋਲ ਬੋਲਿਆ। ਬਹੁਤ ਸਾਰੇ ਇਹੋ ਜਿਹੇ ਬੋਲ ਕਬੋਲ ਬੋਲੇ ਨੇ ਜੋ ਸਤਿਗੁਰਾਂ ਦੇ ਸਿੱਖਾਂ ਵਾਸਤੇ ਬਰਦਾਸ਼ਤ ਕਰਨੇ ਔਖੇ ਨੇ। ਗਰੀਬ ਨਵਾਜ ਪਾਤਸ਼ਾਹ ਬਖਸ਼ੰਦ ਸਤਿਗੁਰੂ ਫਿਰ ਵੀ ਬਖਸ਼ੀ ਜਾਂਦੇ ਨੇ, ਇਹਨੂੰ ਸਮਝਾਉਂਦੇ ਆ ਕੇਰੜ ਕਿਉਂ ਆਪਣੇ ਜਾਨ ਦਾ ਦੁਸ਼ਮਣ ਖੁਦ ਬਣ ਰਿਹਾ,
ਕਿ ਉਹ ਆਪਣੇ ਹੱਥੀਂ ਆਪਣੇ ਪੈਰਾਂ 'ਤੇ ਕੁਹਾੜਾ ਮਾਰਦਾ ਜਾ ਚਲਾ ਜਾ। ਪਰ ਵਾਰ ਵਾਰ ਖਿਜ ਖਿਜ ਕੇ ਗੁਰੂ ਪਾਤਸ਼ਾਹ ਨੂੰ ਸ਼ਾਹਜਹਾਨ ਦਾ ਡਰਾਵਾ ਦਿੰਦਾ ਹੈ, ਪਰ ਸਤਿਗੁਰੂ ਜੀ ਫਿਰ ਵੀ ਬਖਸ਼ੀ ਜਾਂਦੇ ਹੈ। ਆਖਿਰਕਾਰ ਸਤਿਗੁਰਾਂ ਨੂੰ ਕਹਿਣਾ ਪਿਆ ਕਿ ਰੜ ਕਿੰਨਾ ਕੁ ਚਿਰ ਮਾਫ ਕਰਾਂਗੇ, ਕਿੰਨਾ ਕੁ ਚਿਰ ਖਿਮਾ ਕਰਾਂਗੇ। ਆਖਿਰਕਾਰ ਚੰਦਨ ਵੀ ਠੰਡਾ ਹੁੰਦਾ, ਪਰ ਘਸਦਿਆਂ ਘਸਦਿਆਂ ਚੰਦਨ ਚੋਂ ਵੀ ਅੱਗ ਨਿਕਲ ਜਾਂਦੀ ਹੈ। ਹਾਲੇ ਵੀ ਕਹਿੰਦੇ ਆ ਜਾ ਚਲਾ ਜਾ, ਇਹ ਤਾਂ ਤੇਰਾ ਕਾਲ ਆਇਆ ਸਮਝ, ਕੇਰੜ ਬਾਅਦ ਨਹੀਂ ਆ ਰਿਹਾ, ਆਓ ਪਾਤਸ਼ਾਹ ਦੀ ਪਵਿੱਤਰ ਕਥਾ ਹੈ। ਗੁਰੂ ਘਰ ਦੀ ਨਿੰਦਾ ਕਰਨ ਵਾਲੇ ਨਿੰਦਕਾਂ ਨੂੰ ਕਿਹੋ ਜਿਹੀ ਸਜ਼ਾ ਮਿਲਦੀ ਹੈ? ਅੱਜ ਵੀ ਇੱਕ ਮਲੇਛ ਨੂੰ ਸਜ਼ਾ ਮਿਲੀ ਹੈ, ਮਹਾਰਾਜ ਜੀ ਨੇ ਪੰਥ ਦੀ ਜਿੱਤ ਕੀਤੀ ਹੈ। ਤਾਂ ਜਦੋਂ ਜਦੋਂ ਵੀ ਗੁਰੂ ਪੰਥ ਦੇ ਨਾਲ ਕਿਸੇ ਨੇ, ਕੱਲ ਵੀ ਬਚਨ ਆਇਆ ਸੀ ਨਾ ਕਥਾ 'ਚ, ਛੇਵੇਂ ਪਾਤਸ਼ਾਹ ਨੇ ਕਿਹਾ ਸੀ, ਚਾਹੇ ਕੋਈ ਪਹਿਲਾਂ ਚਾਹੇ ਹੁਣ ਚਾਹੇ ਆਉਣ ਵਾਲੇ ਸਮੇਂ 'ਚ, ਜਦੋਂ ਵੀ ਗੁਰੂ ਪੰਥ ਨਾਲ ਕੋਈ, ਗੁਰੂ ਖਾਲਸੇ ਨਾਲ, ਗੁਰੂ ਘਰ ਨਾਲ ਦੁਐਸ਼ ਰੱਖੇਗਾ, ਉਹਨੂੰ ਸਜ਼ਾ ਮਿਲੇਗੀ ਮਿਲੇਗੀ। ਭਾਵੇਂ ਦੇਰ ਨਾਲ ਮਿਲੀ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨਾਲ ਵੈਰ ਕਮਾਇਆ ਮਿਲ ਗਈ ਹੈ। ਕੇਰੜ ਮਹਾਰਾਜ ਜੀ ਦੇ ਸਾਹਮਣੇ ਬੋਲ ਰਿਹਾ, ਆਓ ਸਰਵਣ ਕਰੀਏ ਸਤਿਗੁਰਾਂ ਦੇ ਚਰਨਾਂ ਦਾ, ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸੁਨ ਗੁਰ ਕੇ ਬਚ ਰਿਸ ਪਰੇ, ਓਜ ਪ੍ਰਤਾਪ ਸਮੇਤ। ਸਤਿਗੁਰੂ ਜੀ ਨੇ ਜਦੋਂ ਕੜਕਵਾਂ ਜਵਾਬ ਦਿੱਤਾ ਨਾ ਕੇਰੜ, ਕਿੰਨਾ ਕੁ ਚਿਰ ਮਾਫ ਕਰਾਂਗੇ, ਆਖਿਰਕਾਰ ਚੰਦਨ ਵੀ ਘਸੀਏ ਉਹਦੇ ਚੋਂ ਅੱਗ ਨਿਕਲ ਆਉਂਦੀ ਹੈ, ਹਾਲਾਂਕਿ ਠੰਡਾ ਹੁੰਦਾ, ਮਹਾਰਾਜ ਜੀ ਦੇ ਪ੍ਰਤਾਪ ਸਮੇਤ ਰਿਸ ਭਰੇ ਬੋਲ ਇਹਨੇ ਸੁਣੇ ਨੇ ਕੇਰੜ ਨੇ। ਨੈ ਸਮਝਿਓ ਨਿੰਦਕ ਮਹਾ, ਪ੍ਰਭ ਕੋ ਲਖਿਓ ਨਾ ਪੇਤ। ਏਡਾ ਵੱਡਾ ਮਲੇਛ ਹੈ ਕੇਰੜ, ਨਿੰਦਕ ਹੈ, ਕਿ ਸਤਿਗੁਰਾਂ ਨੇ ਬਾਰ ਬਾਰ ਸਮਝਾਇਆ ਪਰ ਇਹ ਫਿਰ ਵੀ ਨਹੀਂ ਸਮਝਿਆ। ਇਹਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਭੇਤ ਨਹੀਂ ਜਾਣਿਆ। ਚੋਪਈ ਬੋਲਿਓ ਬਹੁ ਕਠੋਰ ਅਭਿਮਾਨੀ, ਅਭਿਮਾਨੀ ਹੰਕਾਰੀ ਬੜਾ ਕਠੋਰ ਬੋਲਿਆ, ਹੁਣ ਕਹਿਣ ਲੱਗਾ ਮੈਂ ਨਾ ਡਰੋਂ ਸੁਣ ਕੇ ਤੋ ਬਾਨੀ। ਕਹਿੰਦਾ ਜੀ ਤੁਹਾਡੀਆਂ ਇਹ ਗੱਲਾਂ ਸੁਣ ਕੇ ਮੈਂ ਡਰਨ ਵਾਲਾ ਨਹੀਂ, ਛੇਵੇਂ ਪਾਤਸ਼ਾਹ ਨੂੰ ਕਹਿੰਦਾ ਮੈਂ ਨਹੀਂ ਜੇ ਡਰਦਾ ਤੁਹਾਡੇ ਕੋਲੋਂ,
ਆ ਜਿਹੜੀਆਂ ਗੱਲਾਂ ਮੈਨੂੰ ਕਰਕੇ ਡਰਾਉਂਦੇ ਹੋ, ਮੈਂ ਨਹੀਂ ਡਰਨ ਵਾਲਾ। ਕਰੋ ਤਿਦਾਰਕ ਤੇ ਸੰਗ ਐਸੇ, ਮੈਂ ਤਾਂ ਤੈਨੂੰ ਦੰਡ ਦੇਵਾਂਗਾ ਹੀ ਦੇਵਾਂਗਾ, ਭਾਵ ਤੇਰੇ ਉੱਤੇ ਕਿਸੇ ਵੀ ਪ੍ਰਕਾਰ ਦਾ ਦੰਡ ਲਾਵਾਂਗਾ ਹੀ ਲਾਵਾਂਗਾ। ਸਿਮਰੈ ਸਕਲ ਆਰ ਬਲ ਜੈਸੇ, ਕਹਿੰਦਾ ਇਹੋ ਜਿਹਾ ਮੱਕੂ ਬੰਨਾਂਗਾ ਮੈਂ ਤੇਰਾ ਕਿ ਸਾਰੀ ਜ਼ਿੰਦਗੀ ਯਾਦ ਰੱਖੇਗਾ ਮੈਨੂੰ। ਹੁਣ ਏਦਾਂ ਦੀ ਬੋਲੀ ਬੋਲਦਾ ਕੇਰੜ, ਕਹਿੰਦਾ ਸਾਰੀ ਉਮਰ ਚੇਤੇ ਰੱਖੇਗਾ ਮੈਨੂੰ ਇਹੋ ਜਿਹਾ ਦੰਡ ਤੈਨੂੰ ਦੇਵਾਂਗਾ। ਪਿਤ ਅਰਜਨ ਕੋ ਜਸ ਪਾਹਾਲ, ਸਤਿਗੁਰੂ ਜੀ ਆਪਣੇ ਬਾਰੇ ਸੁਣੀ ਜਾ ਰਹੇ ਨੇ, ਕੋਈ ਨੀ ਸਾਨੂੰ ਕਹਿ ਰਿਹਾ, ਖਿਮਾ ਕਰੀ ਜਾਂਦੇ। ਪਰ ਹੁਣ ਇੱਕ ਪੌੜੀ ਹੋਰ ਵੱਧ ਗਿਆ ਅੱਗੇ, ਕਹਿੰਦਾ ਵੇਖਿਆ ਤੇਰੇ ਪਿਤਾ ਗੁਰੂ ਅਰਜਨ ਦੇਵ ਦਾ ਕੀ ਹਾਲ ਹੋਇਆ। ਹੁਣ ਇਹ ਵੀ ਬੋਲ ਬੋਲਿਆ ਇਹਨੇ, ਵੇਖਿਆ ਤੇਰੇ ਪਿਤਾ ਗੁਰੂ ਅਰਜਨ ਦੇਵ ਦਾ ਕੀ ਹਾਲ ਹੋਇਆ। ਕਿਉਂ ਨੈ ਸਿਮਰਤ ਮਹਾ ਕਰਾਲ, ਯਾਦ ਨਹੀਂ ਕਰਦਾ ਉਹਨਾਂ ਦੀ ਮੌਤ ਨੂੰ ਵੀ ਉਹ ਕਿਵੇਂ ਮਾਰੇ ਗਏ ਸਨ, ਕਿਵੇਂ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਸੀ, ਚੇਤੇ ਨਹੀਂ ਗੱਲ ਇਹ। ਕਿਉਂਕਿ ਇਹ ਜਿਹੜਾ ਘੇਰੜ ਸੀ ਨਾ, ਇਹ ਚੰਦੂ ਦਾ ਮਿੱਤਰ ਸੀ, ਚੰਦੂ ਨਾਲ ਇਹਦਾ ਯਾਰਾਨਾ ਸੀ, ਔਰ ਕਈ ਵਿਦਵਾਨਾਂ ਨੇ ਲਿਖਿਆ ਵੀ ਇਹਦੀ ਚੰਦੂ ਨਾਲ ਰਿਸ਼ਤੇਦਾਰੀ ਵੀ ਸੀ। ਇਸੇ ਕਰਕੇ ਗੁਰੂ ਸਾਹਿਬ ਨਾਲ ਖਿੱਜ ਰਿਹਾ, ਕਹਿੰਦਾ ਵੇਖਿਆ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਦਾ ਕੀ ਹਾਲ ਹੋਇਆ, ਉਸ ਭਿਆਨਕ ਮੰਜਰ ਨੂੰ ਕਿਉਂ ਨਹੀਂ ਯਾਦ ਕਰਦੇ। ਮਰਿਓ ਕੈਦ ਮੈਂ ਹੱਠ ਨੇ ਹਾਰਿਓ, ਉਹ ਵੀ ਕੈਦ ਦੇ ਵਿੱਚ ਮਰ ਗਿਆ ਪਰ ਉਹਨੇ ਆਪਣਾ ਹੱਠ ਨਹੀਂ ਛੱਡਿਆ, ਉਹਨੇ ਆਪਣੇ ਹੱਠ ਦਾ ਤਿਆਗ ਨਹੀਂ ਕੀਤਾ। ਤਿਸੀ ਰੀਤ ਅਬ ਪੁੱਤਰ ਵਿਚਾਰਿਓ, ਜਿਹੋ ਜਿਹਾ ਪਿਓ ਹਠੀਆ ਸੀ ਉਹੋ ਜਿਹਾ ਅੱਗੋਂ ਪੁੱਤਰ ਹਠੀਆ, ਇਹ ਵੀ ਨਹੀਂ ਮੰਨਦਾ। ਜੈਸਾ ਬਾਪ ਸੀ ਵੈਸਾ ਅੱਗੋਂ ਪੁੱਤਰ ਹੈ। ਗੁਰੂ ਗੁਰੂ ਜਗ ਕਰਤੇ ਫਿਰੇ, ਔਰ ਲੋਕ ਤੁਹਾਡੇ ਵਰਗਿਆਂ ਨੂੰ ਗੁਰੂ ਗੁਰੂ ਕਰਦੇ ਫਿਰਦੇ ਨੇ, ਕੀ ਹੈ ਤੁਹਾਡੇ ਚ ਗੁਰੂਆਂ ਵਾਲਾ ਕਿਹੜਾ ਲੱਛਣ ਹੈ ਤੇਰੇ ਚ, ਆ ਲੋਕ ਤੁਹਾਨੂੰ ਗੁਰੂ ਗੁਰੂ ਕਰਦੇ ਫਿਰਦੇ ਨੇ। ਨਰ ਬ੍ਰਿੰਦਨ ਕੋ ਬੰਚਨ ਕਰੇ, ਲੋਕਾਂ ਨੂੰ ਠੱਗ ਰਿਹਾ, ਔਰ ਲੋਕਾਂ ਨੂੰ ਜਿਹੜੇ ਆਮ ਵਿਚਾਰੇ ਭੋਲੇ ਭਾਲੇ ਲੋਕ ਨੇ ਉਹਨਾਂ ਨੂੰ ਤੁਸੀਂ ਠੱਗ ਰਹੇ ਹੋ। ਧਨ ਬੋ ਆਏ ਜਰਿਓ ਨੈ ਜਾਈ, ਲੋਕਾਂ ਕੋਲੋਂ ਪੈਸਾ ਆਉਂਦਾ ਧਨ ਆਉਂਦਾ ਤੇ ਉਹ ਤੁਹਾਡੇ ਕੋਲੋਂ ਜਰਿਆ ਨਹੀਂ ਜਾਂਦਾ। ਜੈ ਕੈ ਚਲ ਉਤਪਾਤ ਉਠਾਈ, ਜਿੱਥੇ ਕਿੱਥੇ ਜਾ ਕੇ ਉਤਪਾਤ ਕਰਦੇ ਉਪਦਰਵ ਕਰ ਰਹੇ ਹੋ। ਦਿਓ ਦੇਸ਼ ਤੇ ਵਹਿਰ ਨਿਕਾਰੇ, ਹਾਂ ਤੁਹਾਨੂੰ ਤੁਹਾਡੇ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ, ਨਗਰ ਚੋਂ ਬਾਹਰ ਕੱਢ ਦਿੱਤਾ। ਅਜੋ ਨਾ ਸਮਝ ਤ੍ਰਾਸ ਨੈ ਤਾਰੇ, ਹਾਲੇ ਵੀ ਤੂੰ ਨਹੀਂ ਸਮਝਦਾ, ਹਾਲੇ ਵੀ ਤੇਰੇ ਮਨ ਚ ਡਰ ਨਹੀਂ ਕੋਈ ਭੈ ਨਹੀਂ। ਕਹਾਂ ਪਯੋ ਸ਼੍ਰੀ ਨਾਨਕ ਜੋਈ, ਗੁਰਦੇਵ ਹਾਲੇ ਵੀ ਸੁਣੀ ਜਾਂਦੇ ਨੇ, ਸੁਣੀ ਜਾ ਰਹੇ ਨੇ, ਪਰ ਹੋਰ ਵੱਧ ਗਿਆ ਅੱਗੇ। ਕਹਿੰਦਾ ਕੌਣ ਸੀ ਵਿਚਾਰਾ ਨਾਨਕ, ਕੌਣ ਸੀ, ਹੁਣ ਗੁਰੂ ਨਾਨਕ ਸਾਹਿਬ ਦੇ ਸੰਬੰਧ ਚ ਵੀ ਬੋਲਿਆ, ਉਹ ਕੌਣ ਸੀ ਜਿਹੜਾ ਨਾਨਕ ਕਹਾਉਂਦਾ ਸੀ। ਸ਼੍ਰੀ ਅੰਗਦ ਸ਼੍ਰੀ ਅਮਰ ਜੇ ਹੋਈ, ਕੌਣ ਸੀ ਉਹ ਗੁਰੂ ਅੰਗਦ ਗੁਰੂ ਅਮਰਦਾਸ, ਉਹ ਵੀ ਸਭ ਤੇਰੇ ਵਰਗੇ ਹੀ ਸੀ,
ਉਹ ਵੀ ਕੌਣ ਸਨ, ਉਹ ਵੀ ਕੀ ਉਹਨਾਂ ਦੀ ਬੁਗਤ ਸੀ? ਰਾਮਦਾਸ ਅਰਜਨ ਕਿਆ ਭਯੋ, ਕੌਣ ਗੁਰੂ ਰਾਮਦਾਸ ਤੇ ਕੌਣ ਗੁਰੂ ਅਰਜਨ ਦੇਵ ਸਾਹਿਬ, ਇਹ ਵੀ ਕੌਣ ਸਨ? ਜਗ ਤੇ ਬੰਚਨ ਕਰ ਧਨ ਲਇਓ, ਦਰਅਸਲ ਇਹ ਸਾਰੇ ਠੱਗ ਸੀ ਤੇ ਲੋਕਾਂ ਕੋਲੋਂ ਪੈਸਾ ਠੱਗਦੇ ਸੀ। ਏਦਾਂ ਦਾ ਬੋਲ ਬੋਲਿਆ ਕੇਰੜ ਨੇ। ਇਤਿਹਾਸ ਹੈ, ਬੋਲਣਾ ਪੈਂਦਾ ਜਿਵੇਂ ਕੇਰੜ ਨੇ ਕਿਹਾ। ਕਹਿੰਦਾ ਏਦਾਂ ਲੋਕਾਂ ਨੂੰ ਠੱਗਣ ਵਾਲੇ ਸਨ। ਅਜਮਤ ਮਤਵੰਤ ਕਹਾਵਤ ਕੂਰੇ, ਝੂਠੇ ਹੀ ਆਪਣੇ ਆਪ ਨੂੰ ਕਰਾਮਾਤੀ ਕਹਾਉਂਦੇ ਸੀ, ਅਜਮਤ ਵਾਲੇ ਕਹਾਉਂਦੇ ਸੀ, ਸਭ ਝੂਠੇ ਸਨ। ਕਹਿ ਕਹਿ ਬਨ ਬੈਠੇ ਗੁਰ ਪੂਰੇ, ਉਹਨਾਂ ਹੀ ਲੋਕਾਂ ਵਿੱਚ ਕਹਿ ਕਹਿ ਕੇ ਆਪਣੇ ਆਪ ਨੂੰ ਪੂਰੇ ਗੁਰੂ ਕਹਾਉਂਦੇ ਸਨ। ਚੱਲਿਓ ਜਾਓ ਜੇ ਭਲੋ ਚਾਹੰਤਾ, ਉੱਠ ਜਾ ਇੱਥੋਂ ਜੇ ਆਪਣਾ ਭਲਾ ਚਾਹੁੰਦਾ ਤੇ ਇਥੋਂ ਉੱਠ ਕੇ ਚਲਾ ਜਾ। ਕਿਉਂ ਹੋਏ ਹੀਰੋ ਬਣਿਓ ਮਹੰਤਾ, ਕਿਉਂ ਇੱਥੇ ਮਹੰਤ ਬਣਿਆ ਹੁਣ ਆਪਣਾ ਕੁਝ ਵੇਖਣਾ ਚਾਹੁੰਦਾ ਹੈ, ਪੂਜ ਬਣਿਆ ਹੋਇਆ ਕਿਉਂ ਹੋਲਾ ਹੋਣਾ ਚਾਹੁੰਦਾ ਹੈ? ਕਿਮ ਕਹਿ ਗਾਰ ਨਿਕਾਰਨ ਲਾਗਾ, ਇਹ ਵੀ ਬੋਲ ਕੇ ਤੇ ਫਿਰ ਵੀ ਬਾਦ ਨਹੀਂ ਆਇਆ, ਇੰਨਾ ਕੁਝ ਕਹਿ ਕੇ ਤੇ ਫਿਰ ਗਾਲਾਂ ਕੱਢਣ ਲੱਗ ਪਿਆ, ਭੈੜੀਆਂ ਭੱਦੀਆਂ ਗਾਲਾਂ ਇਹਦੀ ਜ਼ੁਬਾਨ ਤੋਂ ਨਿਕਲਣ ਲੱਗੀਆਂ। ਸੁਨਤ ਕੋਪ ਗੁਰ ਕੋ ਉਰ ਜਾਗਾ, ਸਤਿਗੁਰਾਂ ਆਪਣੇ ਬਾਰੇ ਸੁਣ ਲਿਆ, ਪਰ ਜਦੋਂ ਵੱਡਿਆਂ ਸਤਿਗੁਰਾਂ ਦੇ ਸੰਬੰਧ ਚ ਵੀ ਇਹਨੇ ਇਹੋ ਜਿਹੇ ਭੱਦੇ ਬੋਲ ਬੋਲੇ, ਫਿਰ ਮਹਾਰਾਜ ਜੀ ਵੀਰ ਰਸ ਵਿੱਚ ਆ ਗਏ ਛੇਵੇਂ ਪਾਤਸ਼ਾਹ। ਕਿਉਂਕਿ ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟ ਕਰੈ ਤਿਸ ਸੰਗ ਕਿਰਪਾਨ। ਮਹਾਰਾਜ ਜੀ ਵੀ ਰਸ ਵਿੱਚ ਆ ਗਏ। ਇੱਕ ਤੋਂ ਸ਼੍ਰੀ ਨਾਨਕ ਤੇ ਆਦ, ਇੱਕ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿੰਨੇ ਸਤਿਗੁਰੂ ਪੰਜਵੇਂ ਪਾਤਸ਼ਾਹ ਤੱਕ ਹੋਏ ਨੇ, ਬੇਮਿਰ ਜਾਦ ਕਯੋ ਅਪਵਾਦ, ਉਹਨਾਂ ਦੇ ਸੰਬੰਧ ਵਿੱਚ ਇਹਨੇ ਅਯੋਗ ਸ਼ਬਦਾਵਲੀ ਭੱਦੀ ਸ਼ਬਦਾਵਲੀ ਵਰਤੀ ਹੈ। ਦੁਤੀਏ ਸਨਮੁਖ ਗਾਰ ਨਿਕਾਰੀ, ਇੱਕ ਤਾਂ ਆਹ ਕੰਮ ਕੀਤਾ ਭੈੜਾ ਕੰਮ, ਦੂਜਾ ਸਤਿਗੁਰਾਂ ਦੇ ਸਾਹਮਣੇ ਹੀ ਮਹਾਰਾਜ ਜੀ ਨੂੰ ਗਾਲਾਂ ਕੱਢ ਰਿਹਾ, ਸਤਿਗੁਰਾਂ ਦੇ ਸਨਮੁਖ ਹੀ ਗਾਲਾਂ ਕੱਢ ਰਿਹਾ। ਯਾਂ ਤੇ ਗੁਰ ਔਰ ਮੈਂ ਰਿਸ ਪਾਰੀ, ਇਹ ਸੁਣ ਕੇ ਮਹਾਰਾਜ ਜੀ ਦੇ ਹਿਰਦੇ ਚ ਫਿਰ ਵੀਰ ਰਸ ਆਉਣਾ ਸੁਭਾਵਕ ਸੀ, ਫਿਰ ਤਾਂ ਸੁੱਤੇ ਸਿੱਧ ਹੀ ਸੀ, ਫਿਰ ਤਾਂ ਵੀਰ ਰਸ ਆਉਣਾ ਹੀ ਸੀ। ਕਯੋ ਹੁਕਮ ਸਿੱਖਣ ਕੋ ਤਰੋ, ਮਹਾਰਾਜ ਜੀ ਨੇ ਵੀਰ ਰਸ ਵਿੱਚ ਆ ਕੇ ਆਖਿਆ, ਫੜੋ ਸਿੱਖੋ ਇਹਨੂੰ ਵੱਡੇ ਮਲੇਸ਼ ਨੂੰ, ਦੱਸੋ ਇਹਨੂੰ ਹੁਣੇ ਇਹਦੇ ਬੋਲਾਂ ਦਾ ਫਲ ਇਹਨੂੰ ਭੁਗਤਾਓ ਜੋ ਇਹ ਬੋਲ ਰਿਹਾ। ਮਹਾਰਾਜ ਜੀ ਨੇ ਉਸੇ ਵੇਲੇ ਸਿੱਖਾਂ ਨੂੰ ਕਿਹਾ, ਫੜੋ ਇਹਨੂੰ ਧਰ ਲੋ ਹੁਣੇ। ਅਧਿਕ ਮਾਰ ਜੂਤਨ ਕੀ ਕਰੋ, ਜਿਹੜੇ ਮੂੰਹ ਨਾਲ ਗਾਲਾਂ ਕੱਢਦਾ ਉਸੇ ਬੂਥੇ ਦੇ ਉੱਤੇ ਜੁੱਤੀਆਂ ਮਾਰੋ ਇਹਦੇ। ਦੇਖੋ ਇਸ ਕੀ ਸ਼ਾਹ ਸਹਾਏ, ਦੇਖੋ ਬਾਦਸ਼ਾਹ ਸ਼ੈਤਾ ਕਰਦਾ ਇਹਦੀ ਆ ਕੇ, ਜਿਹੜੇ ਬਾਦਸ਼ਾਹ ਦਾ ਮਾਣ ਕਰਦਾ, ਮਾਰੋ ਇਹਨੂੰ ਜੁੱਤੀਆਂ ਤੇ ਵੇਖੋ ਬਾਦਸ਼ਾਹ ਆਉਂਦਾ ਇਹਦੀ ਸਹਾਇਤਾ ਕਰਨ ਵਾਸਤੇ ਇਸ ਵੇਲੇ ਕਿ ਨਹੀਂ। ਮਾਰ ਮਾਰ ਦਿਓ ਅਕਲ ਗਵਾ, ਮਾਰ ਮਾਰ ਜੁੱਤੀਆਂ ਇਹਦੀ ਸੁੱਧ ਗਵਾ ਕੇ ਰੱਖ ਦਿਓ, ਇਹਦੀ ਅਕਲ ਗਵਾ ਕੇ ਰੱਖ ਦਿਓ। ਜਿਸ ਮੁਖ ਤੇ ਗੁਰ ਨਿੰਦਾ ਕਹੇ, ਜਿਹੜੇ ਮੂੰਹ ਨਾਲ ਗੁਰੂ ਪਾਤਸ਼ਾਹ ਦੀ ਨਿੰਦਾ ਕਰਦਾ, ਜਿਹੜੇ ਮੂੰਹ ਨਾਲ ਵੱਡਿਆਂ ਸਤਿਗੁਰਾਂ ਦੀ ਨਿੰਦਾ ਕਰਦਾ, ਤਿਸ ਪਰ ਹੱਥੋਂ ਤੁਰਤ ਫਲ ਲਏ, ਉੱਥੇ ਮੂੰਹ ਦੇ ਉੱਤੇ ਜੁੱਤੀਆਂ ਮਾਰੋ ਵੱਡੀਆਂ, ਜਿਹੜੀਆਂ ਚਮੜੇ ਦੇ ਖੋਸੇ ਪਾਏ ਨੇ ਨਾ ਪੈਰਾਂ ਚ, ਤੁਸੀਂ
ਸਿੱਖੋ ਇਸ ਜੁੱਤੀਆਂ ਦੇ ਨਾਲ ਇਹਦਾ ਮੂੰਹ ਭੰਨ ਕੇ ਰੱਖ ਦਿਓ, ਬਥਾੜ ਭੰਨ ਦਿਓ ਇਹਦਾ। ਸੁਨਤ ਹੁਕਮ ਕੋ ਕੋਪ ਬਿਸਾਲੇ। ਮਹਾਰਾਜ ਜੀ ਦੇ ਸਿੱਖ ਪਹਿਲਾਂ ਹੀ ਬੜੇ ਖਿਜੇ ਬੈਠੇ ਸੀ, ਬਸ ਤਾਂ ਇਸ਼ਾਰਾ ਭਾਲਦੇ ਸੀ, ਇਕਦਮ ਬੀਰਸ ਵਿੱਚ ਆ ਗਏ। ਉੱਠ ਪਕਰਿਓ ਸਿੱਖਨ ਬਲ ਵਾਲੇ। ਉੱਠ ਕੇ ਜਿਹੜੇ ਬਲਵਾਨ ਸਿੱਖ ਸੀ ਇਹਨਾਂ ਨੇ ਭੱਜ ਕੇ ਪਕੜ ਲਿਆ ਇਹਨੂੰ। ਤਉ ਗਵਾਰ ਗਾਰ ਕੋ ਦੇਤ। ਸਿਰ ਤੇ ਦੇ ਪੱਗ ਸੀ ਵੱਡੀ ਜੀ ਬੰਨੀ, ਉਹੀ ਪੱਗ ਲਾ ਕੇ ਦੀਆਂ ਮੁਸ਼ਕਾਂ ਬੰਨੀਆਂ ਪਹਿਲਾਂ ਤਾਂ, ਤੇ ਸਿੱਖਾਂ ਨੇ ਫੜ ਲਿਆ ਤੇ ਵੇਖੋ ਮਲੇਚ ਫਿਰ ਵੀ ਨਹੀਂ ਟਲਿਆ, ਗਾਲਾਂ ਫਿਰ ਵੀ ਕੱਢੀ ਜਾਂਦਾ। ਸਿੱਖਾਂ ਫੜ ਲਿਆ ਜਾਂ ਤਾਂ ਫਿਰ ਵੀ ਛਹਿ ਜਾਂਦਾ, ਡਰ ਜਾਂਦਾ, ਫਿਰ ਵੀ ਨਹੀਂ ਡਰਿਆ, ਫਿਰ ਵੀ ਗਾਲਾਂ ਕੱਢੀ ਜਾਂਦਾ। ਆਪਣੇ ਪਰ ਅਪਦਾ ਕੋ ਲੇਤ। ਬਾਰ ਬਾਰ ਗਾਲਾਂ ਕੱਢਦਾ ਤੇ ਆਪਣੇ ਤੇ ਬਿਪਤਾ ਸਹੇੜਦਾ। ਲਗੇ ਜੂਤ ਵਜਨ ਸਿਰ ਭਾਰੇ। ਤੜਾਕ ਦੇ ਕੇ ਸਿਰ ਵਿੱਚ ਜੁੱਤੀਆਂ ਪੈਣ ਲੱਗੀਆਂ, ਤਾੜ ਤਾੜ ਧੜਾ ਧੜ ਇਕਦਮ ਸਿੱਖਾਂ ਨੇ ਸਾਰਿਆਂ ਨੇ ਜੁੱਤੀਆਂ ਭਰਾ ਦਿੱਤੀਆਂ ਇਹਦੇ ਸਿਰ ਚ। ਕਿਨਹੂ ਡਾਰੀ ਪਾਗ ਉਤਾਰੇ। ਕਿਸੇ ਨੇ ਪੱਗ ਲਾ ਦਿੱਤੀ ਇਹਦੇ ਸਿਰ ਤੋਂ। ਪਨਈ ਹਤੇ ਵਾਰ ਨੈ ਪਾਵੇ। ਇੰਨੀਆਂ ਜੁੱਤੀਆਂ ਮਾਰਦੇ ਦੇ ਸਿਰ ਚ ਵੀ ਵਾਰੀ ਨਹੀਂ ਆਉਂਦੀ ਜੁੱਤੀਆਂ ਮਾਰਨ ਵਾਲੇ ਦੀ। ਇੱਕ ਮਾਰਦਾ ਮਾਰਦਾ, ਦੂਜਾ ਕਹਿੰਦਾ ਮੈਨੂੰ ਵੀ ਮਾਰ ਲੈਣ ਦੇ, ਤੀਜਾ ਕਹਿੰਦਾ ਮੇਰੀ ਵਾਰੀ ਵੀ ਹੈ। ਇੱਦਾਂ ਵਾਰੀ ਨਹੀਂ ਆਉਂਦੀ ਜੁੱਤੀਆਂ ਮਾਰਨ ਵਾਲਿਆਂ ਦੀ। ਰੋਡੇ ਸਿਰ ਪਰ ਸ਼ਬਦ ਉਠਾਵੇ। ਰੋਡਾ ਜਿਹਾ ਸਿਰ ਸੀ ਇਹਦੇ, ਸਿਰ ਤੇ ਕੇਸ ਕੋਈ ਨਹੀਂ ਸੀ, ਤੇ ਰੋਡੇ ਜਿਹਾ ਸਿਰ ਦੇ ਉੱਤੇ ਜ਼ੋਰ ਦੀ ਪੈਂਦੀ ਜੁੱਤੀ, ਜਦੋਂ ਤੜਾਕ ਦੇ ਕੇ ਆਵਾਜ਼ ਆਉਂਦੀ ਹੈ ਹਾਏ ਹਾਏ ਬੋ ਮੂਡ ਉਚਰਤ। ਜਦੋਂ ਪੈਂਦੀ ਹੈ ਨਾ ਤੜਾਕ ਦੇ ਕੇ ਜੁੱਤੀ ਸਿਰ ਤੇ ਮੂੰਹ ਤੋਂ ਹਾਏ ਹਾਏ ਕਰਦਾ। ਤਉ ਗੁਰੂ ਕੋ ਗਾਰ ਨਿਕਾਰਤ। ਫਿਰ ਵੀ ਗਾਲਾਂ ਕੱਢੀ ਜਾਂਦਾ। ਕਿੱਡੀ ਮੋਟੀ ਮੱਤ ਸੀ ਇਸ ਮਲੇਸ਼ ਦੀ, ਜੁੱਤੀਆਂ ਪੈ ਰਹੀਆਂ ਸਿਰ ਚ, ਫਿਰ ਨਾਲੇ ਹਾਏ ਹਾਏ ਵੀ ਕਰਦਾ ਤੇ ਨਾਲੇ ਫਿਰ ਵੀ ਮੂੰਹ ਤੋਂ ਸਤਿਗੁਰਾਂ ਨੂੰ ਗਾਲਾਂ ਕੱਢ ਰਿਹਾ। ਤਿਉ ਤਿਉ ਮੁਖ ਪਰ ਪਨਹੀ ਮਾਰੇ। ਜਿਵੇਂ ਜਿਵੇਂ ਗਾਲਾਂ ਕੱਢਦਾ ਸਿੱਖ ਹੋਰ ਖਿੱਚ ਕੇ, ਵੀ ਬਾਦ ਨਹੀਂ ਆਉਂਦਾ, ਤੂੰ ਚੁੱਪ ਨਹੀਂ ਕਰਦਾ ਹਾਲੇ ਵੀ, ਹੋਰ ਜ਼ੋਰ ਨਾਲ ਤੜਾਕ ਦੇ ਕੇ ਮੂੰਹ ਦੇ ਉੱਤੇ, ਜਿਹੜਾ ਮੂੰਹ ਦੇ ਦੰਦ ਨੇ ਦੰਦਾਂ ਦੇ ਉੱਤੇ ਜੁੱਤੀ ਮਾਰਦੇ ਆ। ਇਸੇ ਮੂੰਹ ਨਾਲ ਬੋਲਦਾ ਸਤਿਗੁਰਾਂ ਦੇ ਖਿਲਾਫ, ਇਸੇ ਮੂੰਹ ਦੇ ਨਾਲ ਨਿੰਦਾ ਕਰਦਾ ਗੁਰੂ ਵੱਡੇ ਸਤਿਗੁਰਾਂ ਦੀ, ਕਹਿੰਦੇ ਮਾਰਦੇ ਨੇ ਪਰ ਫਿਰ ਵੀ ਬਾਦ ਨਹੀਂ ਆਉਂਦਾ। ਪਇਓ ਮਹਾ ਦੁੱਖ ਊਚ ਪੁਕਾਰੇ। ਬੜੀ ਜ਼ਿਆਦਾ ਬਿਪਤਾ ਪੈ ਗਈ, ਜੁੱਤੀਆਂ ਪੈਂਦੀਆਂ, ਪੀੜਾ ਦਰਦ ਹੁੰਦੀ ਹੈ, ਉੱਚੀ ਉੱਚੀ ਪੁਕਾਰਦਾ। ਸੁਣ ਸੁਣ ਨਰ ਆਏ ਸਮੁਦਾਇ। ਇਹਦੇ ਰੋਲੇ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਲੋਕ ਜਿਹੜੇ ਸਨ ਇਕੱਠੇ ਹੋ ਕੇ ਆ ਗਏ। ਰਾਖੇ ਦੂਰ ਪਟਨ ਅਟਕਾਏ। ਦੂਰਮਿਆਂ ਨੂੰ ਉਹਨਾਂ ਨੂੰ ਦੂਰ ਹੀ ਖਿਲਾਰ ਲਿਆ ਵੀ ਨੇੜੇ ਨਹੀਂ ਜਾਣਾ, ਇਹਦੇ ਜਿਹੜਾ ਇਹਦੀ ਹਾਮੀ ਭਰੇਗਾ ਉਹਦੀ ਵੀ ਇਹੀ ਹਾਲਤ ਹੋਵੇਗੀ। ਸਭ ਨੂੰ ਪਾਸੇ ਕਰਕੇ ਦੂਰ ਕਰਕੇ ਖੜਾ ਕਰ ਲਿਆ। ਗ੍ਰਾਮਨ ਕੇ ਨਰ ਬ੍ਰਿੰਦ ਬਿਲੋਕੇ। ਬਹੁਤ ਸਾਰੇ ਪਿੰਡਾਂ ਦੇ ਲੋਕ ਉੱਥੇ ਆ ਪਹੁੰਚੇ ਸਨ। ਨਿਕਟ ਨਾ ਹੋਣ ਦੇਤ ਪੱਟ ਰੋਕੇ। ਦੂਰਮਿਆਂ ਨੇ ਸਭ ਨੂੰ ਰੋਕ ਲਿਆ, ਪਾਸੇ ਵਰਜ ਲਿਆ, ਕਿਸੇ ਨੂੰ ਨੇੜੇ ਨਹੀਂ ਹੋਣ ਦਿੱਤਾ। ਐਸੀ ਪਰੀ ਮਾਰ ਇੱਕ ਵਾਰ। ਇਹੋ ਜੀ ਮਾਰ ਇੱਕੋ ਵਾਰ ਇਹਦੇ ਪਈ ਜੁੱਤੀਆਂ ਦੀ, ਇੰਨੀ ਜ਼ਿਆਦਾ ਕਹਿੰਦੇ ਜੁੱਤੀਆਂ ਪਈਆਂ ਘੇਰੜ ਦੇ। ਕਰ ਮੂਰਛ ਧਰ ਨੀ ਪਰ ਡਾਰਾ। ਤੇ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ, ਮੂਰਛਤ ਹੋ ਗਿਆ, ਬੇਹੋਸ਼ ਹੋ ਗਿਆ, ਡਿੱਗ ਪਿਆ। ਬਹੁਰ ਉੱਠੇ ਉਹਨੇ ਸਮਝਿਓ ਮੰਦ। ਮੁੜ ਕੇ ਨੀ ਉੱਠਿਆ, ਜ਼ਮੀਨ ਦੇ ਉੱਤੇ ਡਿੱਗਿਆ ਪਿਆ। ਸਿਰ ਨਾਂਗੋ ਦੇ ਗਾਰ ਬਿਲੰਦ। ਕੁਝ ਸਮਾਂ ਬੇਹੋਸ਼ ਜਿਹਾ ਰਿਹਾ, ਬੇਸੁੱਧ ਜਿਹਾ ਹੋ ਕੇ ਸਿੱਖਾਂ ਨੇ ਛੱਡ ਦਿੱਤਾ।
ਸਿੱਖਾਂ ਆਖਿਆ ਵੀ ਚਲੋ ਸਜ਼ਾ ਮਿਲ ਗਈ, ਹੁਣ ਹੋ ਜਾਏਗਾ ਬਾਤ, ਹੋ ਜਾਏਗਾ ਸਿੱਧ ਹੋ ਜਾਏਗਾ। ਹੋਸ਼ ਆਈ, ਉੱਠ ਕੇ ਬਹਿ ਗਿਆ, ਫਿਰ ਗਾਲਾਂ ਕੱਢਣ ਲੱਗ ਪਿਆ। ਹੋਸ਼ ਵਿੱਚ ਆਇਆ, ਫਿਰ ਉਸੇ ਤਰ੍ਹਾਂ ਹੀ ਬੋਲਣਾ ਸ਼ੁਰੂ ਕਰ ਦਿੱਤਾ, ਇੰਨਾ ਜਿੱਦੀ ਸੀ। ਫਿਰ ਜਦੋਂ ਗਾਲਾਂ ਕੱਢਣ ਲੱਗਾ, ਰਹੁ ਬੈਠਾ ਪਲਟਾ ਅਬ ਲੇਵੋ, ਬੋਲਿਆ ਕਹਿੰਦਾ ਬੈਠਾ ਰਹੀ ਹੁਣ ਇੱਥੇ ਹੀ, ਜੇ ਤੂੰ ਗੁਰੂ ਹੈ ਨਾ ਇੱਥੇ ਬੈਠਾ ਰਹੀ, ਆ ਜਿਹੜੀਆਂ ਮੈਨੂੰ ਜੁੱਤੀਆਂ ਮਰਵਾਈਆਂ ਨੇ ਨਾ ਤੈਂ ਆਪਣੇ ਸਿੱਖਾਂ ਕੋਲੋਂ, ਮੈਂ ਇਹਦਾ ਬਦਲਾ ਲਵਾਂਗਾ ਤੇਰੇ ਕੋਲੋਂ। ਜਿਮ ਮਾਰਿਓ ਤੈਸੇ ਫਲ ਦੇਵੋ, ਜਿਵੇਂ ਮੈਨੂੰ ਮਾਰਿਆ ਮੈਂ ਤੈਨੂੰ ਵੀ ਇਹਦਾ ਫਲ ਭੁਗਤਾਵਾਂਗਾ। ਸੁਨਤ ਗਾਰ ਅਰ ਗੁਰ ਕੀ ਨਿੰਦਾ, ਫਿਰ ਗਾਲਾਂ ਕੱਢਣ ਲੱਗ ਪਿਆ, ਫਿਰ ਉਸੇ ਵੇਲੇ ਨਿੰਦਾ ਕਰ ਰਿਹਾ ਜਦੋਂ ਸਿੱਖਾਂ ਨੇ ਸੁਣਿਆ। ਗਿਆਨ ਪੁਕਾਰੂ ਕਰ ਚਿਤ ਚਿੰਦਾ, ਮਹਾਰਾਜ ਜੀ ਨੇ ਵੀ ਵੇਖਿਆ ਵੀ ਇਹ ਹੁਣ ਪੁਕਾਰੂ ਹੋਵੇਗਾ ਜਾ ਕੇ। ਤਬ ਸਤ ਗੁਰ ਨੇ ਹੁਕਮ ਬਖਾਨਾ, ਮਹਾਰਾਜ ਜੀ ਨੇ ਵੇਖਿਆ ਵੀ ਇਹ ਬਾਦ ਨਹੀਂ ਆਉਂਦਾ ਤੇ ਸਾਹਿਬ ਨੇ ਫਿਰ ਹੁਕਮ ਕੀਤਾ, ਇਹ ਮੈਖਾ ਸੁਰ ਹਮਨੇ ਜਾਨਾ। ਮਹਾਰਾਜ ਜੀ ਕਹਿਣ ਲੱਗੇ ਵੀ ਭਾਈ ਇਹ ਮੈਖਾ ਸੁਰ ਹੈ ਦੈਂਤ, ਇਹ ਰਾਖਸ਼ ਹੈ ਮੈਖਾ ਸੁਰ। ਮਾਰੋ ਪੁਰ ਕੀ ਭੇਟ ਚੜਾਵੋ, ਮਾਰੋ ਇਹਨੂੰ ਪਾਪੀ ਨੂੰ, ਮਾਰ ਕੇ ਇਹਨੂੰ ਨਗਰ ਦੀ ਬਲੀ ਚੜਾ ਦਿਓ, ਨਗਰ ਬਣਾਉਣਾ ਹੈ ਆਪਾਂ ਇਹਦੀ ਬਲੀ ਦੇ ਦਿਓ। ਦੇਵੀ ਰੂਪ ਵਿਪਾਸਾ ਪਾਵੋ, ਇਹਦੀ ਬਲੀ ਦੇ ਕੇ ਆ ਜਿਹੜੀ ਦੇਵੀ ਰੂਪੀ ਵਿਆਸ ਦਰਿਆ ਵਹਿ ਰਿਹਾ ਨਾ ਇਹਦੇ ਵਿੱਚ ਸੁੱਟ ਦਿਓ, ਇਹਦੀ ਲੋਥ ਨੂੰ ਇਹਦੇ ਵਿੱਚ ਸਰੋੜ ਦਿਓ, ਇਹਨੂੰ ਪਾਪੀ ਨੂੰ ਮਲੇਛ ਨੂੰ। ਸਗਰੇ ਸਿੱਖ ਸੁਰ ਬ੍ਰਿੰਦ ਸਮਾਨਾ, ਸਾਰੇ ਸਿੱਖ ਜਿਹੜੇ ਨੇ ਉਹ ਦੇਵਤਿਆਂ ਦੇ ਸਮਾਨ ਹਨ। ਇਸ ਮਾਰੇ ਹੋਵੇ ਸੁਖ ਨਾ, ਇਹਨੂੰ ਮਾਰ ਕੇ ਸਾਰੇ ਸਿੱਖਾਂ ਰੂਪੀ ਦੇਵਤਿਆਂ ਨੂੰ ਸੁਖ ਪ੍ਰਾਪਤ ਹੋਵੇਗਾ, ਇਹ ਮੈਖਾ ਸੁਰ ਦਾਨਵ ਹੈ, ਇਹਨੂੰ ਮਾਰ ਕੇ ਸਿੱਖ ਰੂਪੀ ਦੇਵਤੇ ਖੁਸ਼ ਹੋਣਗੇ। ਨਹੀਂ ਪੁਕਾਰੂ ਇਸੇ ਪਠਾਵੋ, ਇਹਨੂੰ ਪੁਕਾਰੂ ਨਹੀਂ ਬਣਨ ਦੇਣਾ ਪਾਪੀ ਨੂੰ, ਇਹਨੂੰ ਪਹਿਲਾਂ ਹੀ ਮਾਰ ਮੁਕਾਓ ਕੇ ਜਾ ਕੇ ਪੁਕਾਰ ਕਰੇ। ਜਮ ਕੇ ਸਦਨ ਤੁਰਤ ਪਹੁੰਚਾਵੋ, ਮਾਰ ਕੇ ਜਮ ਦੇ ਘਰ ਭੇਜ ਦਿਓ। ਸੁਨ ਰਜਾਏ ਗੁਰ ਕੀ ਸਿੱਖ ਤਾਏ, ਹੁਣ ਸੁਣ ਕੇ ਸਿੱਖ ਗਏ ਬੜੀ ਦੌੜ ਕੇ, ਹੁਣ ਜੁੱਤੀਆਂ ਨਹੀਂ ਮਾਰੀਆਂ ਇਹਨੂੰ। ਲਾਤ ਮੁਸ਼ਟ ਕੇ ਘਾਵ ਲਗਾਏ, ਹੁਣ ਤਾਂ ਜਾ ਕੇ ਕਿਸੇ ਨੇ ਠੁੱਡਾ ਮਾਰਿਆ, ਕਿਸੇ ਮੁੱਕਾ ਮਾਰਿਆ, ਕਿਸੇ ਚਪੇੜ ਮਾਰੀ, ਕਹਿੰਦੇ ਮਾਰ ਮਾਰ ਠੁੱਡੇ ਮੁੱਕੇ ਚਪੇੜਾਂ। ਐਸੀ ਪਰੀ ਮਾਰ ਤਿਸ ਬਾਰਾ, ਇਹੋ ਜਿਹੇ ਸਿੱਖ ਸੀ ਜਿਹੜੇ ਮੁੱਕਾ ਮਾਰ ਕੇ ਵੱਡੇ ਵੱਡੇ ਪਠਾਣਾ ਦੀ ਜਿੰਦ ਕੱਢ ਲੈਂਦੇ ਸੀ, ਉਹਨਾਂ ਦੇ ਜਦੋਂ ਮੁੱਕੇ ਵੱਜਣ ਲੱਗੇ ਨੂੰ, ਤਤ ਛਿਨਹਾਨੇ ਉਹ ਪ੍ਰਾਣ ਬਿਦਾਰਾ, ਇੰਨੇ ਜ਼ਿਆਦਾ ਮੁੱਕੇ ਕਸੁੰਨ ਪਏ ਕਿ ਮਾਰ ਖਾਂਦਾ ਨਾਲੇ ਫਿਰ ਵੀ ਗਾਲਾਂ ਕੱਢੀ ਜਾਂਦਾ, ਆਖਰਕਾਰ ਇਹਦੀ ਮੌਤ ਹੋ ਗਈ ਕਸੁੰਨ ਮੁੱਕੇ ਖਾਂਦਿਆਂ ਖਾਂਦਿਆਂ, ਇਹ ਮਰ ਗਿਆ ਪਾਪੀ ਮਲੇਛ। ਲਗੇ ਮੁਸ਼ਟ ਸਿਰ ਮੈਂ ਬਲਵੰਤੇ, ਹੁਣ ਬਲਵਾਨ ਸਿੱਖ ਸੀ ਸਿਰ ਚ ਮਾਰਦੇ ਮੁੱਕੇ ਜ਼ੋਰ ਨਾਲ, ਜਿਹੜੇ ਨਾਰੀਅਲ ਤੋੜ ਕੇ ਰੱਖ ਦਿੰਦੇ ਮੁੱਕਾ ਮਾਰ ਕੇ, ਉਹ ਕਹਿੰਦੇ ਮਾਰ ਮਾਰ ਮੁੱਕੇ ਦੇ ਸਿਰ ਦੇ ਵਿੱਚ ਇਹਨੂੰ ਮਾਰਦੇ ਨੇ। ਪਰਤ ਜੂਤ ਪਾ ਤਨ ਕੋ ਅੰਤੇ, ਆਖਰਕਾਰ ਕਈਆਂ ਨੇ ਜੁੱਤੀਆਂ ਵੀ ਮਾਰੀਆਂ, ਇਹਦੇ ਸਰੀਰ ਦਾ ਅੰਤ ਹੋ ਗਿਆ ਮਲੇਛ ਦਾ। ਪਕੜੀ ਟਾਂਗ ਘਸੀਟੇ ਉਹ ਫੇਰ, ਉਸੇ ਵਕਤ ਇਹਦੀ ਟੰਗ ਫੜੀ ਤੇ ਘਸੀਟ ਕੇ ਲੈ ਗਏ ਦਰਿਆ ਦੇ ਕੋਲ। ਦੀਨ ਬਿਪਾਸਾ ਕੇ ਵਿੱਚ ਗੇਰ, ਚੁੱਕ ਕੇ ਵਗਾ ਕੇ ਬਿਆਸ ਦਰਿਆ ਦੇ ਪਾਣੀ ਚ ਰੋੜ ਦਿੱਤਾ ਮਲੇਛ। ਬਿਆਸ ਦਰਿਆ ਦਾ ਪਾਣੀ ਭਰਿਆ, ਬਰਸਾਤਾਂ ਦੇ ਦਿਨ ਸੀ, ਦਰਿਆ ਭਰਿਆ ਹੋਇਆ ਸੀ,
ਇਹਦੀ ਲੋਥ ਰੋੜ ਕੇ ਰੱਖ ਦਿੱਤੀ ਵਿੱਚ। ਬਹਿਓ ਗਇਓ ਕਿਤ ਨਦਰ ਨਾ ਆਇਓ, ਇਹੋ ਜਿਹਾ ਪਾਣੀ ਵਿੱਚ ਵਹਿਆ ਮੁੜ ਕੇ ਨਜ਼ਰ ਨੀ ਆਇਆ ਕਿੱਥੇ ਗਿਆ। ਨਾਹਕ ਮੂਰਖ ਪ੍ਰਾਣ ਗਵਾਇਓ, ਇਹ ਤਾਂ ਮੂਰਖ ਨੇ ਨਾਹਕ ਹੀ ਬਿਨਾਂ ਕਾਰਨ ਤੋਂ ਆਪਣੇ ਪ੍ਰਾਣ ਗਵਾ ਲਏ। ਰਤਨ ਚੰਦ ਘੇਰੜ ਕੋ ਨੰਦਨ, ਇਹਦਾ ਇੱਕ ਲੜਕਾ ਸੀ ਘੇਰੜ ਦਾ, ਉਹਦਾ ਨਾਂ ਸੀ ਰਤਨ ਚੰਦ ਘੇਰੜ। ਇਹਦਾ ਅੱਗੇ ਪੁੱਤਰ ਸੀ ਇੱਕ, ਉਹਦਾ ਨਾਂ ਸੀ ਰਤਨ ਚੰਦ। ਜਬ ਦੇਖੇ ਉਹ ਨਿਜ ਪਿਤਾ ਨਿਕੰਦਨ, ਇਹਨੇ ਜਦੋਂ ਵੇਖਿਆ ਵੀ ਮੇਰਾ ਪਿਓ ਮਾਰ ਦਿੱਤਾ ਗਿਆ, ਧਰਿਓ ਤ੍ਰਾਸ ਬੜਵਾ ਚੜ ਚਾਲਾ, ਇਹ ਵੀ ਡਰ ਗਿਆ ਵੀ ਕਿਤੇ ਮੈਨੂੰ ਵੀ ਨਾ ਫੜ ਲੈਣ। ਇਹ ਘੋੜੀ ਤੇ ਚੜਿਆ ਤੇ ਇਕਦਮ ਉਥੋਂ ਆਪਣੇ ਘਰੋਂ ਦੌੜ ਗਿਆ। ਦੂਰ ਜਾਏ ਰੁਦਨੰਤ ਵਿਸਾਲਾ, ਰੋਇਆ ਵੀ ਨਹੀਂ ਉੱਥੇ, ਦੂਰ ਜਾ ਕੇ ਨਾ ਕਿਤੇ ਫਿਰ ਰੋਇਆ ਉੱਚੀ ਉੱਚੀ ਧਾਹਾਂ ਮਾਰ ਕੇ ਪਿਓ ਨੂੰ ਯਾਦ ਕਰਕੇ। ਹਾਏ ਪਿਤਾ ਤੂੰ ਕਿਉਂ ਨਾ ਪਲਾਵਾ, ਹਾਏ ਉਹ ਪਿਤਾ ਤੂੰ ਕਿਉਂ ਨਾ ਉਥੋਂ ਨੱਠ ਕੇ ਆ ਗਿਆ, ਤੂੰ ਕਿਉਂ ਨਾ ਉਥੋਂ ਭੱਜ ਕੇ ਚਲਾ ਗਿਆ। ਨਾਹਕ ਅਰਿਓ ਪ੍ਰਾਣ ਬਿਨਸਾਵਾ, ਨਾਹਕ ਉੱਥੇ ਅੜ ਕੇ ਆਪਣੇ ਪ੍ਰਾਣ ਗਵਾ ਲਏ, ਆਪਣੀ ਜ਼ਿੰਦਗੀ ਗਵਾ ਲਈ, ਮੈਨੂੰ ਅਨਾਥ ਕਰ ਦਿੱਤਾ। ਅਪਰ ਗ੍ਰਾਮ ਮੈਂ ਬੈਠ ਵਿਚਾਰੇ, ਹੋਰ ਕਿਸੇ ਪਿੰਡ ਦੇ ਵਿੱਚ ਜਾ ਕੇ ਇਹਨੇ ਵਿਚਾਰ ਕੀਤੀ। ਨਿਜ ਨਰ ਸਗਰੇ ਨਿਕਟ ਹਕਾਰੇ, ਰਤਨ ਚੰਦ ਨੇ ਜਿਹੜਾ ਘੇਰੜ ਦਾ ਲੜਕਾ, ਇਹਨੇ ਆਪਣੇ ਜਿਹੜੇ ਹਮਾਇਤੀ ਸੀ ਉਹਨਾਂ ਹਮਾਇਤੀਆਂ ਨੂੰ ਇਹਨੇ ਆਪਣੇ ਕੋਲ ਬੁਲਾਇਆ। ਇਤ ਘੇਰੜ ਜਬ ਸਰਤਾ ਡਾਰਿਓ, ਜਦੋਂ ਘੇਰੜ ਦੀ ਮੌਤ ਤੋਂ ਬਾਅਦ ਇਹਨੂੰ ਉੱਥੇ ਸੁੱਟਿਆ ਗਿਆ। ਸਭਨ ਆਨੰਦ ਬਿਲੰਦੇ ਤਾਰਿਓ, ਇਧਰ ਸਿੱਖ ਸਾਰੇ ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ। ਬੀਜੇ ਸਦਾ ਗੁਰ ਕੀ ਅਰ ਮਰੈ, ਉੱਚ ਤੁਨੀ ਇਮ ਉਚਰਨ ਕਰੈ। ਗੁਰੂ ਦੀ ਸਦਾ ਹੀ ਵਿਜੈ ਹੈ, ਗੁਰੂ ਦੀ ਸਦਾ ਹੀ ਵਿਜੈ ਹੈ। ਸਿੱਖ ਕਹਿੰਦੇ ਉੱਚੀ ਆਵਾਜ਼ ਵਿੱਚ ਕਿ ਜਿਹੜਾ ਜਿਹੜਾ ਗੁਰੂ ਘਰ ਦਾ ਦੁਖੀ ਹੈ ਉਹ ਇਸੇ ਤਰ੍ਹਾਂ ਹੀ ਮਰੇਗਾ, ਇਸੇ ਤਰ੍ਹਾਂ ਹੀ ਮੌਤ ਦੇ ਘਾਟ ਉਤਰੇਗਾ। ਗੁਰ ਕੇ ਸੁਪੱਟ ਸਦਾ ਸਾਵਧਾਨੇ, ਸਤਿਗੁਰਾਂ ਦੇ ਸਾਵਧਾਨ ਸੂਰਮੇ ਯੋਧੇ ਤਿਆਰ ਬਰ ਤਿਆਰ ਰਹਿੰਦੇ ਹਮੇਸ਼ਾ। ਗੁਰ ਜੈਕਾਰਾ ਸ਼ਬਦ ਬਖਾਨੇ, ਗੁਰੂ ਸਾਰੇ ਜਕਾਰੇ ਛੱਡਦੇ ਉਸ ਵੇਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੈ ਜੈਕਾਰ ਦਾ ਨਾਦ ਗੁਜਾਉਂਦੇ ਹਨ। ਕੋਟ ਚੁਗਿਰਦੇ ਕੋ ਬੱਡ ਹੋਤ, ਇਹ ਤਾਂ ਸ੍ਰੀ ਹਰਗੋਬਿੰਦਪੁਰੇ ਨਗਰ ਦਾ ਚਾਰੇ ਪਾਸੇ ਕਿਲਾ ਉਸਰਿਆ ਹੈ, ਉਸਾਰਿਆ ਜਾ ਰਿਹਾ। ਗਨ ਮਾਨਵ ਲਗ ਕੀਨ ਉਦੋਤ, ਬਹੁਤ ਸਾਰੇ ਨੌਕਰ ਚਾਕਰ ਮਜ਼ਦੂਰ ਜਿਹੜੇ ਨੇ ਸੇਵਾਦਾਰ ਲੱਗੇ ਹੋਏ ਨੇ ਸੇਵਾ ਕਰਨ। ਘੇਰੜ ਮਰੇ ਉਹ ਸਕਲ ਤਬ ਜਾਨਾ, ਜਦੋਂ ਘੇਰੜ ਮਰ ਗਿਆ ਸਭ ਨੇ ਜਾਣ ਲਿਆ। ਤ੍ਰਾਸ ਗੁਰ ਤੇ ਸਭ ਥਾਨਾ, ਜਿਹੜੇ ਘੇਰੜ ਦੇ ਹਮਾਇਤੀ ਸੀ ਉਹ ਸਾਰੇ ਡਰ ਗਏ। ਜਿਹੜੇ ਘੇਰੜ ਨਾਲ ਸਹਿਮਤੀ ਰੱਖਦੇ ਸੀ, ਇਹੋ ਜਿਹੇ ਮਲੇਛਾਂ ਦੇ ਹੁੰਦੇ ਨੇ ਨਾਲ ਦੇ ਬੰਦੇ, ਉਹ ਜਿਹੜੇ ਘੇਰੜ ਦੇ ਹਮਾਇਤੀ ਸਨ ਉਹ ਸਾਰੇ ਉਸ ਵੇਲੇ ਡਰ ਗਏ, ਭੈ ਭੀਤ ਹੋ ਗਏ। ਨਿੰਦਾ ਕੋ ਨੈ ਕਰਤ ਉਚਾਰਨ, ਹੁਣ ਨਹੀਂ ਕੋਈ ਨਿੰਦਾ ਕਰਦਾ ਸਤਿਗੁਰਾਂ ਦੀ, ਹੁਣ ਸਾਰੇ ਸਹਿ ਗਏ, ਚੁੱਪ ਕਰ ਗਏ। ਡਰੇ ਗ੍ਰਾਮ ਗਨ ਕਰੇ ਨ ਮਾਰਨ, ਔਰ ਆਪਣੇ ਆਪਣੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਹਿ ਕੇ ਬਹਿ ਗਏ
ਵੀ ਕਿਤੇ ਸਾਨੂੰ ਵੀ ਉਹਨਾਂ ਦਾ ਸੰਗੀ ਜਾਣ ਕੇ ਗੁਰੂ ਜੀ ਸਾਨੂੰ ਵੀ ਦੰਡ ਨਾ ਦੇਣ। ਜ਼ਿਮੀਦਾਰ ਜੈ ਕਹਿ ਕੇ ਆਏ, ਜਿਹੜੇ ਵੱਡੇ ਵੱਡੇ ਜ਼ਿਮੀਦਾਰ ਸਨ ਉਸ ਇਲਾਕੇ ਦੇ ਸਾਰੇ ਇਕੱਠੇ ਹੋ ਕੇ ਸਤਿਗੁਰਾਂ ਕੋਲ ਆਏ। ਆਨ ਅਕੋਰਨ ਕੋ ਅਰ ਪਾਏ, ਪਹਿਲਾਂ ਘੇਰੜ ਸੀ ਇੱਥੋਂ ਦਾ ਮਾਲਦਾਰ ਲੋਕਾਂ ਕੋਲ, ਉਹ ਲੈਂਦਾ ਸੀ ਟੈਕਸ ਵਗੈਰਾ। ਉਹ ਜ਼ਿਮੀਦਾਰਾਂ ਨੇ ਵੇਖਿਆ ਵੀ ਜੇ ਘੇਰੜ ਮਰ ਗਿਆ ਤੇ ਹੁਣ ਸਤਿਗੁਰਾਂ ਦੇ ਕੋਲ ਜਾਈਏ। ਉਹ ਜ਼ਿਮੀਦਾਰ ਸਾਰੇ ਪਿਟਾਵਾਂ ਲੈ ਕੇ ਸਤਿਗੁਰਾਂ ਦੇ ਕੋਲ ਹਾਜ਼ਰ ਹੋਏ। ਦਦ ਅਰ ਦੁਗਧ ਕਿਤਕ ਕੇ ਆਵੇ, ਕੋਈ ਦਹੀਂ ਲੈ ਕੇ ਆ ਰਿਹਾ, ਕੋਈ ਦੁੱਧ ਲੈ ਕੇ ਆ ਰਿਹਾ, ਕੋਈ ਘਿਓ ਲੈ ਕੇ ਆ ਰਿਹਾ। ਤਰ ਆਗੇ ਸਭ ਸੀਸ ਨਿਵਾਵੇ, ਸਤਿਗੁਰਾਂ ਅੱਗੇ ਸਾਰੀਆਂ ਪਿਟਾਵਾਂ ਭੇਟ ਕਰਕੇ ਮਹਾਰਾਜ ਜੀ ਅੱਗੇ ਸੀਸ ਝੁਕਾਉਂਦੇ ਹਨ। ਪੀਰੀ ਮੀਰੀ ਤੇਗ ਸੁਤਾਰੀ, ਗੁਰਦੇਵ ਨੇ ਪੀਰੀ ਤੇ ਮੀਰੀ ਦੀਆਂ ਤੇਗਾਂ ਧਾਰਨ ਕੀਤੀਆਂ ਹੋਈਆਂ ਹਨ। ਬਿਦਤ ਪਾਈ ਆਪ ਜਗਤ ਮਜਾਰੀ, ਕਹਿੰਦੇ ਗੱਲ ਜਗਤ ਵਿੱਚ ਬਿਦਤ ਹੋ ਗਈ ਹੈ। ਸਤਿਗੁਰੂ ਮੀਰਾਂ ਦੀ ਮੀਰੀ ਖੋਣ ਵਾਲੇ ਨੇ, ਜਿਵੇਂ ਘੇਰੜ ਦੀ ਮੀਰੀ ਖੋਈ ਹੈ। ਜੋ ਜੋ ਦੁਸ਼ਟ ਬੇਦ ਵੀ ਕਰੇ, ਸੋ ਸੋ ਤਤ ਛਿਨ ਫਲ ਦੁੱਖ ਭਰੇ। ਜਿਹੜਾ ਜਿਹੜਾ ਦੁਸ਼ਟ ਬੇਅਦਬੀ ਕਰਦਾ ਹੈ ਗੁਰੂ ਸਾਹਿਬ ਦੇ ਅਸਥਾਨਾਂ ਦੀ, ਗੁਰੂ ਕੇ ਸਿੱਖਾਂ ਦੀ, ਗੁਰੂ ਸਾਹਿਬ ਦੇ ਸੰਬੰਧ ਵਿੱਚ ਜਿਹੜਾ ਵੀ ਬੇਅਦਬੀ ਕਰਦਾ, ਤਤ ਛਿਨ ਉਹਨੂੰ ਫਲ ਦੁੱਖ ਦੇ ਰੂਪ ਵਿੱਚ ਮਿਲਦਾ, ਜਿਵੇਂ ਘੇਰੜ ਨੂੰ ਮਿਲਿਆ। ਇੱਦਾਂ ਹੀ ਉਹ ਦੁੱਖ ਪਾਉਂਦੇ ਹੈ, ਇੱਦਾਂ ਹੀ ਉਹ ਦੁੱਖ ਪਾਉਂਦੇ ਆ, ਕਸ਼ਟ ਸਹੇੜਦੇ ਹਨ। ਵਧਿਓ ਤੇਜ ਸਭ ਵਿਖੇ ਵਿਸਾਲਾ, ਸਾਰਿਆਂ ਵਿੱਚ ਮਹਾਰਾਜ ਜੀ ਦਾ ਤੇਜ, ਸਤਿਗੁਰਾਂ ਦਾ ਪ੍ਰਤਾਪ ਫੈਲਿਆ ਹੈ। ਵਸੇ ਨਮਰਤਾ ਦੰਡ ਕਰਾਲਾ, ਸਾਰੇ ਨਿਮਰਤਾ ਨਾਲ ਵਸਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭੈ ਮੰਨਦੇ ਨੇ। ਜਿਮ ਦਦ ਮਤੀਅਤ ਇਤ ਉਤ ਬਲ ਤੇ, ਜਿਵੇਂ ਦਹੀਂ ਰਿੜਕੀ ਦੀ ਹੈ ਨਾ, ਬਲ ਨਾਲ ਇੱਧਰ ਉੱਧਰ ਕਰਕੇ, ਜਿਵੇਂ ਦਹੀਂ ਨੂੰ ਰਿੜਕੀ ਦਾ ਜ਼ੋਰ ਨਾਲ, ਸਭ ਸੁੰਦਰ ਨਵਨੀਤ ਨਿਕਲਤੇ, ਦਹੀਂ ਨੂੰ ਰੇਕੜ ਰਿੜਕ ਕੇ ਉਹਦੇ ਚ ਨਵਨੀਤ ਨਿਕਲਦਾ। ਨਵਨੀਤ ਕਹਿੰਦੇ ਨੇ ਮੱਖਣ ਨੂੰ, ਕਹਿੰਦੇ ਫਿਰ ਉਹਦੇ ਚੋਂ ਮੱਖਣ ਨਿਕਲਦਾ, ਬੜਾ ਸੋਹਣਾ ਸੁੰਦਰ। ਜਿਮ ਬਲ ਤੇ ਤਰ ਲਾਠ ਦਬਾਵੇ, ਜਿਵੇਂ ਬਲ ਦੇ ਨਾਲ ਲੱਠ ਦਬਾਇਆ ਜਾਂਦਾ ਹੈ। ਕੋਲੂ ਊਖ ਸੁਰਸ ਨਿਕਸਾਵੇ, ਜਦੋਂ ਦਬਾਇਆ ਜਾਂਦਾ ਨਾ ਲੱਠ, ਕਹਿੰਦੇ ਓਨਾ ਹੀ ਕੋਲੂ ਦੇ ਵਿੱਚੋਂ ਫਿਰ ਉਹ ਰਸ ਨਿਕਲਦਾ ਗੰਨੇ ਦੇ ਵਿੱਚੋਂ। ਜਦੋਂ ਲੱਠ ਦਬ ਕੇ ਵਿੱਚ ਪਾਈ ਦੀ ਹੈ, ਓਨੇ ਜਿੰਨੇ ਦਬ ਕੇ ਪਾਈਏ ਓਨਾ ਹੀ ਵਿੱਚੋਂ ਜ਼ਿਆਦਾ ਰਸ ਨਿਕਲਦਾ ਹੈ। ਤਥਾ ਜਗਤ ਕੀ ਰੀਤ ਸੁਲਾਗੇ, ਇਸੇ ਤਰ੍ਹਾਂ ਜਗਤ ਦੀ ਰੀਤ ਵੀ ਐਸੀ ਹੀ ਹੈ, ਇਹ ਸੰਸਾਰ ਦੀ ਰੀਤ ਵੀ ਐਸੀ ਹੈ। ਪਿਖੇ ਦੰਡ ਕਰ ਨਮਰੇ ਆਗੇ, ਇਹਨਾਂ ਤੇ ਦੰਡ ਲਾਗੂ ਹੋਵੇ ਤਾਂ ਨਿਭਦੇ ਨੇ, ਤਾਂ ਝੁਕਦੇ ਨੇ। ਇਹ ਰਾਜਨੀਤੀ ਇਹੀ ਹੈ, ਜੇ ਇਸ ਪ੍ਰਕਾਰ ਦੇ ਨਾਲ ਉੱਤੇ ਇਹਨਾਂ ਦੇ ਉੱਤੇ ਜ਼ੋਰ ਹੋਵੇਗਾ, ਇਹਨਾਂ ਨੂੰ ਕਿਸੇ ਪ੍ਰਕਾਰ ਦੇ ਕਾਨੂੰਨ ਦਾ, ਕਿਸੇ ਵਿਵਸਥਾ ਦਾ ਡਰ ਦਿਓਗੇ ਤਾਂ ਹੀ ਚੱਲਦੇ ਆ। ਜੇ ਕਾਨੂੰਨ ਵਿਵਸਥਾ ਦਾ ਡਰ ਨਾ ਹੋਵੇ ਤੇ ਕਿੰਨੀਆਂ ਉਹ ਡਰ ਤੋਂ ਰਹਿਤ ਕਰ ਦਈਏ, ਸਾਰੇ ਬੰਦਿਆਂ ਦੇ ਸਿਰ ਤੋਂ ਕਾਨੂੰਨ ਦਾ ਡੰਡਾ ਚੁੱਕ ਦਿੱਤਾ ਜੇ ਤੇ ਕਿਹੋ ਜਿਹਾ ਮਾਹੌਲ ਹੋਵੇਗਾ। ਸੋ ਕਹਿਣ ਤੋਂ ਭਾਵ ਮਹਾਰਾਜ ਜੀ ਇੱਥੇ ਭਾਈ ਸੰਤੋਖ ਸਿੰਘ ਜੀ ਆਪਣੇ ਵੱਲੋਂ ਵਿਚਾਰ ਪੇਸ਼ ਕਰ ਰਹੇ ਨੇ। ਪਿਖਾ ਦੰਡ ਕਰ ਨਮਰ ਹੈ ਅੱਗੇ, ਜਦੋਂ ਦੰਡ ਹੁੰਦਾ ਨਾ ਫਿਰ ਸਾਰੇ ਨਿਮਦੇ, ਜੇ ਘੇਰੜ ਨੂੰ ਸਜ਼ਾ ਮਿਲੀ ਨਾ ਤੇ ਸਾਰੇ ਜਿਹੜੇ ਘੇਰੜ ਦੇ ਹਮਾਇਤੀ ਸਨ ਪਹਿਲਾਂ,
ਉਹ ਸਾਰੇ ਨਿਮ ਗਏ ਆ ਕੇ ਮਹਾਰਾਜ ਜੀ ਦੇ ਅੱਗੇ। ਰਹੇ ਪੀਰ ਸਤਿਗੁਰ ਕੇ ਤੀਰ, ਸਤਿਗੁਰਾਂ ਦੇ ਕੋਲ ਭੀੜ ਲੱਗੀ ਰਹਿੰਦੀ ਹੈ। ਪ੍ਰਜਾ ਲੋਕ ਗਨ ਬੰਕੇ ਬੀਰ, ਜਿਹੜੇ ਪ੍ਰਜਾ ਦੇ ਲੋਕ ਨੇ ਉਹ ਬੰਕੇ ਬੀਰ ਆ ਕੇ, ਬ੍ਰਿੰਦ ਮਜੂਰ ਲਗੇ ਤਕਾਰ, ਉਹ ਆ ਕੇ ਸੇਵਾ ਵਿੱਚ ਲੱਗਦੇ ਨੇ। ਜਿਹੜੀ ਸੇਵਾ ਚੱਲ ਰਹੀ ਹੈ, ਨਗਰ ਵਸਾਉਣ ਦਾ ਕੋਟ ਉਸਾਰਿਆ ਜਾ ਰਿਹਾ। ਕਰਤ ਕਰਾਵਤ ਬਿਬਦ ਪ੍ਰਕਾਰ, ਮਹਾਰਾਜ ਜੀ ਕਰਵਾਉਂਦੇ ਨੇ ਸੇਵਾ ਤੇ ਉਹ ਸਾਰੇ ਕਰ ਰਹੇ ਨੇ। ਬਨਤ ਕੋਟ ਚੋ ਗਿਰਦਾ ਪੁਰ ਕੋ, ਚਾਰੇ ਪਾਸੇ ਨਗਰ ਦੇ ਚੁਗਿਰਦੇ ਕੋਟ ਬਣਦਾ। ਨਰ ਗਨ ਕਹੇ ਨਾਮ ਹੋਏ ਗੁਰ ਕੋ, ਸਾਰੇ ਕਹਿੰਦੇ ਜੀ ਇਸ ਨਗਰ ਦਾ ਨਾਮ ਗੁਰੂ ਪਾਤਸ਼ਾਹ ਦੇ ਨਾਂ ਤੇ ਹੋਵੇਗਾ, ਇਸ ਨਗਰ ਦਾ ਨਾਮ ਗੁਰਦੇਵ ਦੇ ਨਾਂ ਤੇ ਹੋਵੇਗਾ। ਕਰਤ ਸ਼ੀਗਰਤਾ ਕਿਤਕ ਉਸਾਰਾ, ਏਦਾਂ ਸ਼ੀਗਰਤਾਈ ਨਾਲ ਕਹਿੰਦੇ ਕੁਝ ਕੁ ਉਸਾਰੀ ਹੋ ਗਈ। ਪਹੁੰਚਤ ਬ੍ਰਿੰਦ ਈਟ ਅਰ ਗਾਰਾ, ਇੱਟਾਂ ਆਉਂਦੀਆਂ ਨੇ, ਗਾਰਾ ਆਉਂਦਾ, ਚੂਨਾ ਆਉਂਦਾ ਹੈ। ਦੋਏ ਸਮੇਂ ਫਿਰ ਕਰ ਗੁਰ ਹੇਰਤ, ਸਵੇਰੇ ਵੀ ਮਹਾਰਾਜ ਜੀ ਇੱਕ ਵਾਰੀ ਫਿਰ ਕੇ ਆਉਂਦੇ, ਸ਼ਾਮ ਵੇਲੇ ਵੀ ਇੱਕ ਵਾਰੀ ਗੇੜਾ ਕੱਢ ਕੇ ਆਉਂਦੇ, ਵੇਖ ਕੇ ਆਉਂਦੇ ਨੇ। ਤੀਜੇ ਤਿਆਰ ਸ਼ਿਗਰ ਕੈ ਪ੍ਰੇਰਤ, ਪ੍ਰੇਰਦੇ ਮਜ਼ਦੂਰਾਂ ਨੂੰ ਮਹਾਰਾਜ ਜੀ ਕਹਿੰਦੇ ਬਈ ਛੇਤੀ ਨਾਲ ਉਸਾਰੀ ਕਰੋ। ਉਤ ਕੇਰੜ ਕੀ ਸੁਣੋ ਕਹਾਣੀ, ਇਹ ਤਾਂ ਅਸੀਂ ਇੱਧਰ ਸ਼੍ਰੀ ਹਰਗੋਬਿੰਦਪੁਰੇ ਦੀ ਕਥਾ, ਉੱਧਰ ਹੁਣ ਕੇਰੜ ਦੀ ਕਹਾਣੀ ਸੁਣੋ ਵੀ ਜਿਹੜਾ ਇਹਦਾ ਲੜਕਾ ਕੇਰੜ ਦਾ ਰਤਨ ਚੰਦ ਕੇਰੜ ਭਗਵਾਨ ਦਾਸ ਦਾ, ਉਹ ਕੀ ਕਰ ਰਿਹਾ ਹੁਣ ਉਹ ਸੁਣੋ। ਰਤਨ ਚੰਦ ਤੈ ਸੁਤ ਜੇ ਮਠਾਨੀ, ਰਤਨ ਚੰਦ ਜੋ ਕੇਰੜ ਦਾ ਲੜਕਾ ਹੈ, ਹੁਣ ਜਿਹੋ ਜਿਹਾ ਪਿਓ ਸੀ ਪੁੱਤ ਵੀ ਅੱਗੋ ਉਹੋ ਜਿਹਾ ਹੀ ਹੋਣਾ ਸੀ ਨਿਕੰਮਾ। ਕਹਿੰਦੇ ਉਹ ਪਿਓ ਦਾ ਪੁੱਤ ਜਿਹੜਾ ਕੇਰੜ ਦਾ ਲੜਕਾ ਹੈਗਾ ਰਤਨ ਚੰਦ, ਸਭ ਕੁਟੰਬ ਮਿਲ ਬੋਰੁਦ ਨਾਏ, ਆਪਣੇ ਟੱਬਰ ਵਿੱਚ ਮਿਲ ਕੇ ਬੜਾ ਰੋਏ ਕੁਰਲਾਏ, ਦੁਹਥੜੇ ਮਾਰ ਮਾਰ ਪਿੱਟ ਪਿੱਟ ਰੋਂਦੇ ਕੇਰੜ ਨੂੰ ਯਾਦ ਕਰ ਕਰ। ਦੇ ਤੀਰਜ ਤੈ ਬਾਕ ਅਲਾਏ, ਇਹ ਆਪਣੇ ਟੱਬਰ ਨੂੰ ਹੌਸਲਾ ਦਿੰਦਾ ਰਤਨ ਚੰਦ, ਤੀਰਜ ਦੇ ਕੇ ਕਹਿੰਦਾ ਮੈਂ ਪਿਤ ਕੋ ਪਲਟਾ ਅਬ ਲੇ ਹੋ, ਫਿਕਰ ਨਾ ਕਰੋ ਮੈਂ ਆਪਣੇ ਪਿਓ ਦੀ ਮੌਤ ਦਾ ਬਦਲਾ ਗੁਰੂ ਕੋਲੋਂ ਲਵਾਂਗਾ। ਨਾ ਏ ਤਾਂ ਨੀਰ ਡੂਬ ਮਰ ਜੈ ਹੋ, ਜੇ ਮੈਂ ਬਦਲਾ ਨਾ ਲੈ ਸਕਿਆ ਤੇ ਜਿੱਥੇ ਮੇਰਾ ਪਿਓ ਰੁੜਿਆ ਉੱਥੇ ਮੈਂ ਵੀ ਡੁੱਬ ਕੇ ਮਰ ਜਾਵਾਂਗਾ। ਕਹਿ ਗੁਰ ਕੀ ਇਮ ਲਾਥ ਰੁਲੇ ਹੋ, ਜਾਂ ਫਿਰ ਜਿਵੇਂ ਮੇਰੇ ਪਿਓ ਦੀ ਲਾਸ਼ ਰੁਲੀ ਹੈ ਨਾ, ਏਦਾਂ ਗੁਰੂ ਦੀ ਲੋਥ ਨੂੰ ਰੋਲਾਂਗਾ। ਕਹਿ ਜੰਜੀਰ ਪਾਏ ਗਿਰ ਵੈ ਹੋ, ਜਾਂ ਫਿਰ ਬੇੜੀਆਂ ਪਵਾ ਕੇ ਗੁਰੂ ਨੂੰ ਬੰਦ ਕਰਾਂਗਾ, ਜੇਲ੍ਹ ਵਿੱਚ ਨਜ਼ਰ ਬੰਦ ਕਰਾਵਾਂਗਾ। ਜਿਮ ਮਮ ਪਿਤਾ ਨਦੀ ਮੈਂ ਡਾਰਾ, ਜਿਵੇਂ ਮੇਰੇ ਪਿਓ ਨੂੰ ਨਹਿਰ ਦੇ ਵਿੱਚ ਨਦੀ ਵਿੱਚ ਰੋੜਿਆ, ਤਿਮ ਗੁਰ ਕੀ ਗਤ ਹੋਏ ਇਸ ਬਾਰਾ, ਹੁਣ ਤਾਂ ਗੁਰੂ ਦੀ ਗਤ ਵੀ ਇਹੀ ਹੋਵੇਗੀ, ਇਹੋ ਹੀ ਹਾਲ ਮੈਂ ਗੁਰੂ ਦਾ ਕਰਾਂਗਾ। ਨਗਰ ਜਲੰਧਰ ਸੂਬਾ ਪਾਰਾ, ਜਿਹੜੇ ਜਲੰਧਰ ਨਗਰ ਸੀ, ਕਹਿੰਦਾ ਜਲੰਧਰ ਦਾ ਜਿਹੜਾ ਸੂਬੇਦਾਰ ਹੈ, ਤੈ ਸੰਗ ਮੇਰੋ ਹੈ ਬਹੁ ਪਿਆਰਾ, ਉਹਦੇ ਨਾਲ ਮੇਰਾ ਬੜਾ ਪਿਆਰ ਹੈ। ਰਤਨ ਚੰਦ ਕਹਿੰਦਾ, ਕਹਿੰਦਾ ਸੂਬੇ ਜਲੰਧਰ ਦੇ ਨਾਲ ਮੇਰਾ ਬੜਾ ਪਿਆਰ ਹੈ, ਮੇਰਾ ਬੜਾ ਯਾਰਾਨਾ ਹੈ, ਉਹਦੇ ਨਾਲ ਮਿੱਤਰਤਾ ਹੈ। ਅਪਰ ਬਾਤ ਆਚੀ ਇੱਕ ਆਏ, ਕਹਿੰਦਾ ਇੱਕ ਗੱਲ ਹੋਰ ਚੰਗੀ ਬਣ ਗਈ ਹੈ, ਸੂਬਾ ਜਲੰਧਰ ਤਾਂ ਮੇਰਾ ਮਿੱਤਰ ਹੈ ਹੀ, ਪਰ ਇੱਕ ਗੱਲ ਹੋਰ ਬੜੀ ਚੰਗੀ ਬਣੀ ਹੋਈ ਹੈ। ਚੰਦੂ ਕੋ ਨੰਦਨ ਤੈ ਰਹੇ, ਚੰਦੂ ਦਾ ਜਿਹੜਾ ਲੜਕਾ ਉਹ ਵੀ ਇਸ ਵੇਲੇ ਜਲੰਧਰ ਆਇਆ ਹੋਇਆ ਸੂਬੇ ਦੇ ਕੋਲ। ਚੰਦੂ ਦਾ ਲੜਕਾ ਕੌਣ ਸੀ? ਕਰਮ ਚੰਦ।
ਕਹਿੰਦਾ ਵੀ ਚੰਦੂ ਦਾ ਜਿਹੜਾ ਲੜਕਾ ਕਰਮ ਚੰਦ ਉਹ ਵੀ ਉਸ ਵੇਲੇ ਜਲੰਧਰ ਦੇ ਕੋਲ ਆਇਆ ਹੋਇਆ। ਇਸ ਕੋ ਪੀਪਿਤ ਗੁਰ ਨੇ ਮਾਰਿਆ, ਉਹਦੇ ਪਿਓ ਨੂੰ ਵੀ ਗੁਰੂ ਜੀ ਨੇ ਮਾਰਿਆ। ਗੈ ਰੱਖਿਓ ਚਿਰ ਕਾਲ ਚੰਡਾਰਾ, ਉਹਨੂੰ ਤਾਂ ਬਹੁਤ ਭੈੜੀ ਹਾਲਤ ਨਾਲ ਮਾਰਿਆ, ਉਹਨੂੰ ਚੰਡਾਲਾ ਵਿਚ ਫੜ ਕੇ ਬੰਨ ਕੇ ਰੱਖਿਆ। ਦੋਨੋ ਮਿਲਾਮ ਮਸਲਤ ਕਰੇ, ਹੁਣ ਤਾਂ ਚੰਦੂ ਦੇ ਲੜਕੇ ਨਾਲ ਮਿਲ ਕੇ ਮੈਂ ਸਲਾਹ ਕਰਦਾ ਹਾਂ। ਕਿਉਂ ਕਿਉਂ ਕਰ ਗੁਰ ਗੈ ਕਰ ਤਰੇ, ਜਿਵੇਂ ਕਿਵੇਂ ਕਰਕੇ ਗੁਰੂ ਜੀ ਨੂੰ ਪਕੜ ਕੇ ਕਿਸੇ ਨਾ ਕਿਸੇ ਤਰੀਕੇ ਮੈਂ ਇਹ ਸਜ਼ਾ ਦਿਆਂਗਾ ਇਹਨਾਂ ਨੂੰ ਔਰ ਮੈਂ ਬਦਲਾ ਲਵਾਂਗਾ। ਰਹੋ ਦੂਰ ਸਭ ਨਿਕਟ ਨਾ ਜਾਵੋ, ਹਾਂ ਕਹਿੰਦੇ ਵੀ ਤੁਸੀਂ ਦੂਰ ਰਹਿਣਾ, ਇੱਥੇ ਗੁਰੂ ਜੀ ਦੇ ਨੇੜੇ ਨਹੀਂ ਜਾਣਾ ਕਿਸੇ ਨੇ। ਕਹੇ ਸੁਣੇ ਨੈ ਕਿਸ ਪਤੀ ਆਵੋ, ਕਿਸੇ ਦੇ ਕਹਿਣ ਸੁਣਨ ਦੇ ਉੱਤੇ ਭਰੋਸਾ ਨਾ ਕਰਿਓ। ਇਮ ਕਹਿ ਨਰ ਗਨ ਸੰਗੀ ਕੀ ਨੇ, ਏਦਾਂ ਕਹਿ ਕੇ ਰਤਨ ਚੰਦ ਘੇਰੜ ਨੇ ਆਪਣੇ ਨਾਲ ਕੁਝ ਸੰਗੀ ਸਾਥੀ ਲਏ ਜਿਹੜੇ ਦੇ ਹਮਾਇਤੀ ਸਨ। ਚਲੇ ਉਹ ਪੰਤ ਮੈਂ ਬਿਲਮ ਬਈ ਨੇ, ਬਿਨਾਂ ਦੇਰੀ ਤੋਂ ਚੱਲ ਪਿਆ, ਬਿਨਾਂ ਦੇਰੀ ਤੋਂ ਤੁਰ ਪਿਆ। ਮਹਾ ਦੁਖਤ ਪਿਤ ਸਿਮਰਤ ਗਏ, ਬੜਾ ਦੁਖੀ ਹੋ ਕੇ ਆਪਣੇ ਪਿਓ ਨੂੰ ਯਾਦ ਕਰਦਾ ਕਰਦਾ ਰੋਂਦਾ ਜਾਂਦਾ। ਜਾਏ ਪ੍ਰਵੇਸ਼ ਜਲੰਧਰ ਭਇਓ, ਇਹ ਜਲੰਧਰ ਸ਼ਹਿਰ ਵਿਚ ਜਾ ਕੇ ਪ੍ਰਵੇਸ਼ ਕੀਤਾ ਇਹਨੇ। ਕਰਮ ਚੰਦ ਚੰਦੂ ਕੋ ਨੰਦਨ, ਅੱਗੇ ਇਹਦੀ ਬਿਰਤੀ ਵਰਗਾ ਇੱਕ ਹੋਰ ਸੀ ਉੱਥੇ, ਕਰਮ ਚੰਦ ਚੰਦੂ ਦਾ ਪੁੱਤ ਜੋ ਚੰਦੂ ਦਾ ਲੜਕਾ ਹੈ। ਇਸ ਕੋ ਮਿਲਿਓ ਪ੍ਰਥਮ ਕਰ ਬੰਧਨ, ਉਹਨੂੰ ਜਾ ਕੇ ਮਿਲਿਆ ਰਤਨ ਚੰਦ, ਉਹਨੂੰ ਮੱਥਾ ਟੇਕ ਕੇ ਕਰਮ ਚੰਦ ਨੂੰ ਮਿਲਿਆ ਵੀ ਤੂੰ ਮੇਰਾ ਵੱਡਾ ਭਾਈ ਹੈ। ਬੈਠ ਸਮੀਪ ਰੁਦਨ ਕੋ ਠਾਨਾ, ਪਹਿਲਾਂ ਤਾਂ ਕੋਲ ਬਹਿ ਕੇ ਕਰਮ ਚੰਦ ਕੋਲੇ ਚੰਗਾ ਖੂਬ ਰੋਇਆ, ਖੂਬ ਨੇਤਰਾਂ ਚੋ ਨੀਰ ਵਹਾਇਆ। ਬੂਜੇ ਉਹ ਤਿੰਨੋ ਪ੍ਰਸੰਗ ਬਖਾਨਾ, ਪੁੱਛਿਆ ਉਹ ਰਤਨ ਚੰਦ ਕਿਉਂ ਰੋਈ ਜਾਨਾ, ਕੀ ਗੱਲ ਹੋ ਗਈ। ਇਹਨੇ ਫਿਰ ਸਾਰਾ ਬਿਰਤਾਂਤ ਦੱਸਿਆ ਵੀ ਮੈਂ ਕਿਉਂ ਰੋਨਾ। ਸੁਣੋ ਪ੍ਰਾਤ ਜਿਮ ਤੁਝ ਸੰਗ ਕੀਨ, ਕਹਿੰਦਾ ਵੀਰਾ ਜਿਵੇਂ ਤੇਰੇ ਨਾਲ ਹੋਈ ਹੈ ਨਾ, ਜਿਵੇਂ ਤੇਰੇ ਨਾਲ ਹੋਇਆ, ਤਿਮ ਗੁਰ ਨੇ ਮੁਝ ਕੋ ਦੁੱਖ ਦੀਨ, ਓਦਾਂ ਮੇਰੇ ਨਾਲ ਵੀ ਹੋਈ ਹੈ, ਓਦਾਂ ਹੀ ਗੁਰੂ ਨੇ ਮੈਨੂੰ ਦੁੱਖ ਦਿੱਤਾ ਜਿਵੇਂ ਤੈਨੂੰ ਦਿੱਤਾ ਸੀ। ਪਿਤਾ ਮੋਏ ਸੂਦਾ ਚਿਤ ਸਾਧੂ, ਕਹਿੰਦਾ ਮੇਰਾ ਪਿਓ ਭਗਵਾਨ ਦਾਸ ਘੇਰੜ ਵਿਚਾਰਾ ਸਾਧੂ ਚਿਤ ਵਾਲਾ ਸਿੱਧਾ ਸਾਧਾ ਬੰਦਾ ਸੀ। ਪਿੱਛੇ ਸੋਹਣੀ ਆਇਓ ਵੀ ਕਿੰਨਾ ਕੁ ਸਿੱਧਾ ਸਾਧਾ ਸੀ। ਕਹਿੰਦਾ ਜੀ ਮੇਰਾ ਪਿਓ ਵਿਚਾਰਾ ਸਿੱਧਾ ਸਾਧਾ ਬਿਲਕੁਲ ਸਰਲ ਚਿੱਤ ਵਾਲਾ ਬੰਦਾ ਸੀ। ਨਹੀਂ ਕਰਿਓ ਤਿਸ ਕੋ ਅਪਰਾਧੂ, ਉਹਨੇ ਅੱਜ ਤਾਈ ਨੀ ਕਦੇ ਕਿਸੇ ਦਾ ਬੁਰਾ ਕੀਤਾ। ਇੰਨਾ ਵਧੀਆ ਬੰਦਾ ਸੀ ਵੀ ਅੱਖ ਚ ਪਾਇਆ ਨੀ ਸੀ ਰੜਕਦਾ, ਅੱਖ ਚ ਪਾਇਆ ਨੀ ਸੀ ਰੜਕਦਾ, ਇਹੋ ਜਿਹਾ ਸਿਆਣਾ ਸੀ ਤੇ ਉਹਨੇ ਕੋਈ ਅਪਰਾਧ ਨਹੀਂ ਸੀ ਕੀਤਾ, ਕਦੇ ਕਿਸੇ ਦਾ ਕੁਝ ਵਿਗਾੜਿਆ ਨਹੀਂ ਸੀ। ਗੈਲੀ ਨਸ ਅਬ ਗਤ ਕਰ ਮਾਰਾ, ਪਰ ਗੁਰੂ ਨੇ ਕੀ ਕੀਤਾ, ਇਹੋ ਜਿਹਾ ਮੇਰਾ ਪਿਓ ਜਿਹੜਾ ਸਿੱਧਾ ਸਾਧਾ ਸੀ ਉਹਨੂੰ ਫੜ ਕੇ ਗੁਰੂ ਨੇ ਅਬ ਗਤ ਕਰਕੇ ਮਾਰਿਆ। ਖੈਚ ਬਿਪਾਸਾ ਸਰਤਾ ਡਾਰਾ, ਮੈਨੂੰ ਤਾਂ ਮੇਰੇ ਪਿਓ ਦੀ ਲੋਥ ਤੱਕ ਨਹੀਂ ਮਿਲੀ, ਉਹਦਾ ਸਰੀਰ ਵੀ ਚੁੱਕ ਕੇ ਦਰਿਆ ਦੇ ਵਿੱਚ ਰੋੜ ਦਿੱਤਾ। ਕਰ ਮੈਂ ਤ੍ਰਾਸ ਵਿਸਾਲ ਪਲਾਇਓ, ਤੇ ਮੈਂ ਡਰ ਗਿਆ ਉੱਥੇ, ਭੈ ਭੀਤ ਹੋ ਗਿਆ ਵੀ ਕਿਤੇ ਹੁਣ ਗੁਰੂ ਮੇਰੇ ਵੱਲ ਨਾ ਨਿਗਾਹ ਕਰ ਲੈ, ਤੇ ਮੈਂ ਉੱਥੋਂ ਡਰ ਕੇ ਭੱਜ ਕੇ ਚਲਾ ਆਇਆ। ਕੱਕਿਓ ਤਾਂ ਤੇ ਤੋਟ ਗਿਆਇਓ, ਐ ਮੇਰੇ ਵੀਰ ਕਰਮ ਚੰਦ ਭਰਾ, ਉੱਥੋਂ ਮੈਂ ਤੇਰੀ ਸ਼ਰਨ ਤੱਕ ਕੇ ਆਇਆ ਵੀ ਮੇਰਾ ਵੀਰ ਬੈਠਾ ਹੈ ਜਲੰਧਰ, ਮੈਂ ਤੇਰੇ ਕੋਲ ਚੱਲ ਕੇ ਆਇਆ ਹਾਂ। ਹਮ ਦੋਨੋ ਕੇ ਪਿਤ ਕੋ ਮਾਰਾ, ਸਾਡੇ ਦੋਵਾਂ ਦੇ ਪਿਓ ਨੂੰ ਮਾਰਿਆ ਇਹਨੇ।
ਤੇਰੇ ਪਿਤਾ ਨੂੰ ਵੀ ਮਾਰਿਆ, ਕਿਡਨੀ ਦੁਰਦਸ਼ਾ ਕਰਕੇ ਮਾਰਿਆ, ਤੇ ਮੇਰੇ ਪਿਓ ਨੂੰ ਵੀ ਮਾਰਿਆ। ਮੈਂ ਪਲਟਾ ਹਮ ਲੀਨ ਸੰਭਾਰਾ, ਤੇ ਅਸੀਂ ਹਾਲੇ ਤੱਕ ਪਲਟਾ ਨਹੀਂ ਲਿਆ, ਆਪਣਾ ਬਦਲਾ ਨਹੀਂ ਲਿਆ ਪਿਓ ਦੀ ਮੌਤ ਦਾ। ਤਿਕ ਤਿਕ ਜਗਤ ਕਾਏ ਹਮ ਹੀ ਕੋ, ਜੇ ਆਪਾਂ ਬਦਲਾ ਨਾ ਲਿਆ ਤੇ ਲੋਕ ਸਾਨੂੰ ਤਰਕਾਰਾਂ ਪਾਉਣਗੇ, ਸਾਨੂੰ ਲਾਹਨਤਾਂ ਪਾਉਣਗੇ, ਲੋਕ ਆਖਣਗੇ ਲੱਖ ਲਾਹਨਤ ਹੈ ਜਿਹੜੇ ਆਪਣੇ ਪਿਓ ਦੀ ਮੌਤ ਦਾ ਬਦਲਾ ਨਹੀਂ ਲੈ ਸਕੇ। ਖਾਨ ਪਾਨ ਹਮਰੋ ਨੈਨੀ ਕੋ, ਸਾਡਾ ਨਾ ਖਾਣਾ ਚੰਗਾ ਨਾ ਉਦੋਂ ਤੱਕ ਪਾਣਾ ਚੰਗਾ ਜਦੋਂ ਤੱਕ ਅਸੀਂ ਬਦਲਾ ਨਹੀਂ ਲੈ ਲੈਂਦੇ। ਪਿਤ ਕੋ ਮਾਰਨ ਹਾਰ ਉਧਾਰਾ, ਪਿਤਾ ਨੂੰ ਮਾਰਨ ਵਾਲੇ ਜਿਹੜੇ ਸਾਡੇ ਪਿਓਆਂ ਨੂੰ ਮਾਰਨ ਵਾਲੇ ਸਨ, ਜਬ ਲੋ ਛਲ ਬਲ ਕਰਨੇ ਮਾਰਾ, ਜਦੋਂ ਤੱਕ ਛਲ ਬਲ ਕਰਕੇ ਉਹਨੂੰ ਮਾਰ ਨਹੀਂ ਦਿੰਦੇ। ਜਹਾਂਗੀਰ ਤੋਂ ਰੱਖੇ ਅਦਾਇਬ, ਉਦੋਂ ਤੱਕ ਸਾਡਾ ਖਾਣਾ ਸਾਡਾ ਪਹਿਨਣਾ ਹਰਾਮ ਹੈ। ਜਹਾਂਗੀਰ ਬਾਦਸ਼ਾਹ ਤਾਂ ਚਲੋ ਇਹਨਾਂ ਦਾ ਬੜਾ ਅਦਬ ਰੱਖਦਾ ਸੀ, ਜਹਾਂਗੀਰ ਨਾਲ ਇਹਨਾਂ ਦੀ ਬੜੀ ਗੂੜੀ ਮਿੱਤਰਤਾ ਸੀ। ਹੱਥ ਜੋੜ ਪਾਖਤ ਗੁਰ ਸਾਹਿਬ, ਜਹਾਂਗੀਰ ਹੱਥ ਜੋੜ ਕੇ ਇਹਨਾਂ ਨੂੰ ਸਾਹਿਬ ਕਹਿ ਕੇ ਸੀਸ ਝੁਕਾਉਂਦਾ ਸੀ। ਸੋ ਤੋ ਮਰਿਓ ਰਿਓ ਨੈ ਅਬੇ, ਜਹਾਂਗੀਰ ਤਾਂ ਮਰ ਚੁੱਕਾ, ਉਹ ਤਾਂ ਹੁਣ ਮਰ ਕੇ ਜਾ ਚੁੱਕਾ ਹੈ, ਨਹੀਂ ਰਿਹਾ। ਸ਼ਾਹਜਹਾਂ ਸੋ ਮਿਲਤ ਨ ਕਬੇ, ਤੇ ਹੁਣ ਬਾਦਸ਼ਾਹ ਸ਼ਾਹਜਹਾਂ ਇਸ ਵੇਲੇ ਹਿੰਦੁਸਤਾਨ ਦੇ ਤਖ਼ਤ ਦਾ ਮਾਲਕ ਹੈ, ਉਹਦਾ ਕਦੇ ਗੁਰੂ ਜੀ ਨਾਲ ਮੇਲ ਨਹੀਂ ਹੋਇਆ। ਜੁਤ ਉਮਰਾਵ ਸੋ ਲਸ਼ਕਰ ਮਾਰਾ, ਤੇ ਨਾਲੇ ਸ਼ਾਹਜਹਾਨ ਤਾਂ ਇਹਨਾਂ ਦਾ ਬੜਾ ਵੱਡਾ ਦੁਸ਼ਮਣ ਹੈ ਇਸ ਵੇਲੇ, ਕਿਉਂਕਿ ਬਾਦਸ਼ਾਹ ਸ਼ਾਹਜਹਾਨ ਦੇ ਲਸ਼ਕਰ ਸਮੇਤ ਉਹਦੇ ਵੱਡੇ ਵੱਡੇ ਜਿਹੜੇ ਜਰਨੈਲ ਸਨ ਮੁਖਲਿਸ ਖਾਨ ਵਰਗੇ, ਉਹ ਗੁਰੂ ਹਰਗੋਬਿੰਦ ਸਾਹਿਬ ਨੇ ਮਾਰ ਮੁਕਾਏ ਨੇ। ਛੀਨ ਬਾਜਿਤ ਭਾਜ ਸੰਭਾਰਾ, ਔਰ ਉਹਦਾ ਬਾਜ ਖੋ ਕੇ ਇਸ ਪਾਸੇ ਆਏ ਹੋਏ ਨੇ ਦੁਆਬੇ ਦੇ ਇਲਾਕੇ ਚ। ਸੋ ਸ਼ਤਰੂ ਇਹ ਮਹਿਦ ਮਹਾਨਾ, ਬਾਦਸ਼ਾਹ ਸ਼ਾਹਜਹਾਨ ਦਾ ਤਾਂ ਗੁਰੂ ਇਸ ਵੇਲੇ ਬੜਾ ਵੱਡਾ ਦੁਸ਼ਮਣ ਹੈ, ਉਹਨਾਂ ਦਾ ਇਹ ਬੜਾ ਵੱਡਾ ਸ਼ਤਰੂ ਹੈ। ਉਦਮ ਤਰੋ ਕਰੇ ਗੁਰਹਾਨਾ, ਆਪਾਂ ਉਦਮ ਕਰੀਏ ਕਰਮ ਚੰਦ, ਉਦਮ ਕਰਕੇ ਕਿਸੇ ਤਰੀਕੇ ਗੁਰੂ ਦੀ ਹਾਨੀ ਕਰੀਏ, ਇਹਨਾਂ ਨੂੰ ਮੁਕਾਈਏ ਖਤਮ ਕਰੀਏ। ਕਰਮ ਚੰਦ ਬੋਲੇ ਹੋ ਕਿਸ ਰੀਤ, ਸੁਣ ਕੇ ਰਤਨ ਚੰਦ ਦੀਆਂ ਗੱਲਾਂ ਅੱਗੋ ਕਰਮ ਚੰਦ ਬੋਲਿਆ, ਕਹਿਣ ਲੱਗਾ ਗਹੇ ਕੇ ਮਾਰੇ ਗੁਰ ਕੋ ਜੀਤ, ਕਹਿੰਦਾ ਵੀ ਆਪਾਂ ਕਿਵੇਂ ਪਕੜ ਸਕਦੇ ਹਾਂ ਗੁਰੂ ਨੂੰ ਤੇ ਕਿਵੇਂ ਮਾਰ ਸਕਦੇ ਹਾਂ। ਦਲ ਜੇ ਸੰਗ ਆਪ ਵੱਡ ਯੋਧਾ, ਗੁਰੂ ਆਪ ਵੀ ਬੜਾ ਵੱਡਾ ਯੋਧਾ ਤੇ ਫਿਰ ਉਹਦੇ ਨਾਲ ਬੜਾ ਵੱਡਾ ਦਲ ਹੈ, ਉਹਦੇ ਨਾਲ ਫੌਜਾਂ ਹਨ, ਆਪਾਂ ਕਿਵੇਂ ਫੜਾਂਗੇ ਉਹਨੂੰ, ਕਿਵੇਂ ਮਾਰਾਂਗੇ। ਜਾਣੇ ਉਹ ਸ਼ਾਹਜਹਾਂ ਤਜ ਕਰੋਦਾ, ਔਰ ਸ਼ਾਹਜਹਾਂ ਨੇ ਵੀ ਇਹ ਜਾਣ ਕੇ ਗੁੱਸਾ ਛੱਡ ਦਿੱਤਾ ਤੇ ਉਹਨੇ ਵੀ ਹਮਲਾ ਕਰਨਾ ਬੰਦ ਕਰ ਦਿੱਤਾ, ਉਹਨੇ ਵੀ ਮੁੜ ਕੇ ਫੌਜ ਨਹੀਂ ਭੇਜੀ। ਕਿਸ ਮਸਲਤ ਕਰ ਬਲ ਤੇ ਕਾਲੇ, ਆਪਾਂ ਕਿਸ ਮਸਲਤ ਦੇ ਨਾਲ ਬਲ ਕਰਕੇ ਮਾਰੀਏ ਗੁਰੂ ਨੂੰ, ਕਿਵੇਂ ਮਾਰ ਸਕਦੇ ਹਾਂ, ਮੈਨੂੰ ਤਾਂ ਨੀ ਕੁਝ ਸੁਝਦਾ। ਕਹਿ ਕਰਬੋ ਕੁਛ ਕਪਟ ਕਰਾ ਲੈ, ਜਾਂ ਕੋਈ ਭਿਆਨਕ ਕਪਟ ਕਰੀਏ, ਏਦਾਂ ਤਾਂ ਨੀ ਮਾਰ ਸਕਦੇ ਆਪਾਂ, ਕੋਈ ਕਪਟ ਕਰਕੇ ਛਲ ਕਰਕੇ ਫਰੇਬ ਕਰਕੇ ਕਿਸੇ ਤਰੀਕੇ ਮਾਰੀਏ। ਸੋ ਬਤਾਓ ਜਿਮ ਬਸ ਮੈਂ ਆਵੇ, ਉਹ ਤਰੀਕਾ ਦੱਸ ਜਿਹਦੇ ਨਾਲ ਗੁਰੂ ਵਸ ਕੀਤਾ ਜਾ ਸਕੇ। ਨਾ ਤਾਂ ਸ਼ਸਤਰ ਸਾਥ ਬਿਨ ਸਾਵੇ,
ਜਾਂ ਫਿਰ ਕਿਸੇ ਸ਼ਸਤਰ ਨਾਲ ਮਾਰੇ ਜਾ ਸਕਦੇ ਆ ਤਾਂ ਸ਼ਸਤਰ ਨਾਲ ਮਾਰ ਕੇ ਵਿਨਾਸ਼ ਕਰ ਦਈਏ। ਸਭ ਪੀਰਨ ਕੋ ਤਬੇ ਮਨਾਵੋ, ਕਹਿੰਦੇ ਆਪਾਂ ਸਾਰੇ ਪੀਰਾਂ ਨੂੰ ਮਨਾਵਾਂਗੇ, ਰਲ ਕੇ ਪੀਰਾਂ ਨੂੰ ਮਨਾਵਾਂਗੇ, ਸਾਰਿਆਂ ਦੀਆਂ ਸ਼ੀਰ ਦੀਆਂ ਸੁੱਖਾਂਗੇ ਵੀ ਪੀਰ ਜੀ ਸਾਡੀ ਕਰੋ ਮਦਦ ਗੁਰੂ ਜੀ ਨੂੰ ਮਾਰਨ ਵਿੱਚ, ਇਦਾਂ ਪੀਰਾਂ ਨੂੰ ਮਨਾਵਾਂਗੇ। ਬਹੁਤ ਸ਼ੀਰਨੀ ਤਬ ਵਰਤਾਵੋ, ਔਰ ਉਹਨਾਂ ਪੀਰਾਂ ਦੀਆਂ ਕਬਰਾਂ ਤੇ ਜਾ ਕੇ ਸ਼ੀਰਨੀਆਂ ਵਰਤਾਵਾਂਗੇ, ਚਾਦਰਾਂ ਚੜਾਵਾਂਗੇ, ਰੋਟ ਚੜਾਵਾਂਗੇ ਤੇ ਆਖਾਂਗੇ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰੋ, ਉਹਨਾਂ ਪੀਰਾਂ ਨੂੰ ਕਹਾਂਗੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਪੀਰਾਂ ਦੀ ਪੀਰੀ ਵੀ ਹਰਨ ਵਾਲੇ ਨੇ, ਉਹ ਤਾਂ ਪੀਰਾਨ ਪੀਰ ਨੇ। ਤੋ ਇਹ ਗੱਲਾਂ ਕਰਦੇ ਕਰਮਚੰਦ ਕਹਿੰਦਾ ਵੀ ਆਪਾਂ ਪੀਰਾਂ ਨੂੰ ਮਨਾਉਂਦੇ, ਵੇਖੋ ਕਿੰਨੀ ਮਾਨਸਿਕਤਾ, ਹਾਲਾਂਕਿ ਹਿੰਦੂ ਸਾਨੇ ਪਰ ਮਨਾਉਣਾ ਦੀ ਦੇਵੀ ਦੇਵਤਿਆਂ ਨੂੰ ਮਨਾਉਣ ਦੀ ਗੱਲ ਨਹੀਂ ਕਹਿ ਰਹੇ, ਕਬਰਾਂ ਨੂੰ ਮਨਾਉਣ ਦੀ ਗੱਲ ਕਰ ਰਹੇ ਨੇ, ਪੀਰਾਂ ਨੂੰ ਮਨਾਉਣ ਦੀ ਗੱਲ ਕਰ ਰਹੇ ਨੇ। ਯਾਨੀ ਕਿ ਕਿੰਨੇ ਜ਼ਿਆਦਾ ਇਹ ਲੋਕ ਗੁਲਾਮ ਬਣ ਚੁੱਕੇ ਸੀ, ਮਾਨਸਿਕਤਾ ਇਹਨਾਂ ਦੀ ਕਿੱਦਾਂ ਦੀ ਸੀ, ਕਿੱਦਾਂ ਦੀ ਗੁਲਾਮੀ ਸੀ ਇਹਨਾਂ ਲੋਕਾਂ ਦੇ ਅੰਦਰ ਕਿ ਆਪਣੇ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਮੰਦਰਾਂ ਦੀ ਪੂਜਾ ਦੀ ਬਜਾਏ ਪੀਰਾਂ ਦੀ ਪੂਜਾ ਕਰਨ ਨੂੰ ਤਿਆਰ ਨੇ। ਤੋ ਕਿੱਥੇ ਤੱਕ ਗੁਲਾਮੀ ਇਹਨਾਂ ਦੇ ਅੰਦਰ ਵੜ ਚੁੱਕੀ ਸੀ, ਇਹਨਾਂ ਦੇ ਖੂਨ ਵਿੱਚ ਮਿਲ ਚੁੱਕੀ ਸੀ। ਹਾਂਜੀ, ਸਿਰ ਪਰ ਪਾਗ ਬਾਂਧ ਹੋ ਤਬੇ, ਹਾਂ ਕਰਮ ਚੰਦ ਕਹਿੰਦਾ ਮੈਂ ਵੀ ਆਪਣੇ ਸਿਰ ਤੇ ਪੱਗ ਉਦੋਂ ਹੀ ਬੰਨਾਂਗਾ ਹੁਣ ਜਦੋਂ ਮੈਂ ਆਪਣੇ ਪਿਓ ਦੀ ਮੌਤ ਦਾ ਬਦਲਾ ਲੈ ਲਵਾਂਗਾ। ਕਰਮ ਚੰਦ ਇਹ ਸੋਚਦਾ ਨਾਲ ਕਹਿ ਰਿਹਾ, ਕਹਿੰਦਾ ਹੁਣ ਮੈਂ ਸਿਰ ਤੇ ਪੱਗ ਉਦੋਂ ਹੀ ਬੰਨਾਂਗਾ। ਹਤੇ ਕੇ ਪਕਰੇ ਗੁਰ ਕੋ ਜਬੇ, ਜਾਂ ਗੁਰੂ ਮਾਰਿਆ ਜਾਏ ਤੇ ਜਾਂ ਫਿਰ ਗੁਰੂ ਪਕੜਿਆ ਜਾਵੇ, ਤਬ ਹੀ ਜੀਵਨ ਹੋਏ ਸੁਖ ਭਰਿਓ, ਤਾਂ ਹੀ ਮੇਰਾ ਜੀਵਨ ਸੁਖ ਭਰਿਆ ਹੋ ਸਕਦਾ, ਤਾਂ ਹੀ ਮੇਰੀ ਜ਼ਿੰਦਗੀ ਸੁਖ ਭਰੀ ਸੁਖੱਲੀ ਹੋ ਸਕਦੀ ਹੈ। ਨਾ ਤਾਂ ਸਮੇਂ ਬਿਤਾਵੋ ਮਰਿਓ, ਨਹੀਂ ਤਾਂ ਮੈਂ ਤਾਂ ਮਰਿਆ ਹੀ ਮਰਿਆ ਹਾਂ, ਅੱਗੇ ਵੀ ਇੰਨਾ ਟਾਈਮ ਲੰਘ ਗਿਆ, ਰਹਿੰਦੀ ਜ਼ਿੰਦਗੀ ਵੀ ਏਦਾਂ ਹੀ ਕੱਟ ਲਾਂਗਾ। ਰਤਨ ਚੰਦ ਇਸ ਤੇ ਅਪਰ ਨਾ ਮੋਕੋ ਆਛੇ, ਇਹਦੇ ਤੋਂ ਚੰਗਾ ਹੋਰ ਮੈਨੂੰ ਕੁਝ ਨਹੀਂ ਲੱਗਦਾ। ਪੂਰੀ ਕਰੇ ਪੀਰ ਮਨ ਬਾਂਛੇ, ਮੈਂ ਤਾਂ ਪੀਰਾਂ ਦੇ ਸ਼ੀਰਨੀਆਂ ਮੰਨੀਆਂ ਹੋਈਆਂ ਤੇ ਪੀਰ ਮੇਰੀ ਬਾਂਛਾ ਪੂਰੀ ਕਰ ਗੇ ਵੀ ਮੈਂ ਹੋਰ ਤਾਂ ਕੁਝ ਕਰ ਨਹੀਂ ਸਕਦਾ। ਕਰਮ ਚੰਦ ਕਹਿੰਦਾ ਵੀ ਜਿਹੜੇ ਪੀਰ ਨੇ ਹੁਣ ਉਹਨਾਂ ਦੀਆਂ ਸ਼ੀਰਨੀਆਂ ਸੁੱਖੀਆਂ ਹੋਈਆਂ ਨੇ, ਮੈਂ ਰੋਟ ਸੁੱਖੇ ਹੋਏ ਨੇ, ਹੁਣ ਤਾਂ ਉਹੀ ਮੇਰੀ ਇੱਛਾ ਪੂਰੀ ਕਰਨਗੇ। ਧਨ ਖਰਚਨ ਮੈਂ ਸ਼ਾਮਲ ਤੇਰੇ, ਜੇ ਕਿਤੇ ਪੈਸੇ ਦੀ ਮਦਦ ਚਾਹੀਦੀ ਹੈ ਇਹ ਮਦਦ ਮੈਂ ਤੇਰੀ ਜ਼ਰੂਰ ਕਰ ਸਕਦਾ, ਹੋਰ ਨਹੀਂ ਕੁਝ। ਕਰਮ ਚੰਦ ਕਹਿੰਦਾ ਜੇ ਪੈਸੇ ਦੀ ਮਦਦ ਦੀ ਲੋੜ ਚਾਹੁੰਦਾ ਉਹ ਮੈਂ ਕਰ ਸਕਦਾ, ਪਰ ਹੋ ਜਿਤਕ ਸ਼ਕਤ ਹੈ ਮੇਰੇ, ਜਿੰਨੀ ਮੇਰੇ ਕੋਲ ਸ਼ਕਤੀ ਹੋਵੇਗੀ ਜਥਾ ਬਿਤ ਮੈਂ ਧਨ ਦੀ ਮਦਦ ਕਰ ਸਕਦਾ ਤੇਰੀ। ਜੇ ਕਾਰਜ ਹੋਏ ਸ਼ਾਹ ਨਜੀਕਾ, ਜੇ ਬਾਦਸ਼ਾਹ ਦੇ ਨਾਲ ਵੀ ਕੋਈ ਕੰਮ ਹੈ ਤੇਰਾ, ਜੇ ਤੂੰ ਬਾਦਸ਼ਾਹ ਨੂੰ ਵੀ ਮਿਲਣਾ ਚਾਹੁੰਦਾ ਤੋ ਮੈਂ ਕਰੋ ਲਾਏ ਬਲ ਨੀਕਾ, ਬਾਦਸ਼ਾਹ ਨਾਲ ਵੀ ਮਿਲ ਕੇ ਮੈਂ ਕੰਮ ਕਾਰ ਕਰਾ ਸਕਦਾ ਕਿਉਂਕਿ ਮੇਰੇ ਪਿਓ ਦੇ ਉੱਥੇ ਮਿੱਤਰ ਯਾਰ ਦੋਸਤ ਹੈਣ ਵਾਲੇ ਜਿਉਂਦੇ ਜਿਹੜੇ ਬਾਦਸ਼ਾਹ ਦੇ ਵਜ਼ੀਰ ਨੇ, ਤੇ ਉਹਨਾਂ ਦੇ ਨਾਲ ਮੈਂ ਮਿਲ ਕੇ ਬਾਦਸ਼ਾਹ ਨਾਲ ਮਿਲ ਕੇ ਤੇਰਾ ਕਾਰਜ ਜਿਹੜਾ ਹੈ ਉਹ ਕਰਾ ਸਕਦਾ, ਜੇ ਕੋਈ ਬਾਦਸ਼ਾਹ ਨਾਲ ਮਿਲ ਕੇ ਹੋਣ ਵਾਲਾ ਕੰਮ ਹੈ। ਮੁਝ ਤੁਝ ਕੋ ਸਮ ਕਾਰਜ ਆਏ, ਮੇਰਾ ਤੇ ਤੇਰਾ ਕੰਮ ਬਰਾਬਰ ਹੀ ਹੈ ਦੋਵਾਂ ਦਾ,
ਕੰਮ ਤੂੰ ਵੀ ਉਹੀ ਕਰਨਾ ਚਾਹੁੰਦਾ ਰਤਨ ਚੰਦ, ਤੇ ਮੈਂ ਵੀ ਉਹੀ ਕਰਨਾ ਚਾਹੁੰਦਾ, ਕੰਮ ਆਪਣਾ ਦੋਹਾਂ ਦਾ ਇੱਕੋ ਹੀ ਹੈ। ਪਿਤ ਕੋ ਪਲਟਾ ਦੋਨੋ ਲਏ, ਪਿਓ ਦਾ ਬਦਲਾ ਤੂੰ ਲੈਣਾ ਆਪਣੇ ਦਾ, ਤੇ ਮੈਂ ਵੀ ਪਿਓ ਦਾ ਬਦਲਾ ਆਪਣੇ ਪਿਓ ਚੰਦੂ ਦਾ ਬਦਲਾ ਲੈਣਾ ਹੈ। ਉਤੋ ਅਗਨ ਕੇ ਸਮ ਤੈ ਜਾਰਨ, ਕਰਮ ਰਤਨ ਚੰਦ ਮੈਂ ਅੱਗ ਦੇ ਸਮਾਨ ਸੀ, ਗੁਰੂ ਨੂੰ ਸਾੜਨ ਵਾਲਾ ਮੈਂ ਅੱਗ ਦੇ ਸਮਾਨ ਸੀ, ਬਚਿਆ ਹੋਇਆ ਅੱਗ ਦਾ ਭਾਂਬੜ ਸੀ। ਨੈ ਏਕਲ ਤੇ ਹੋਏ ਉਜਾਰਨ, ਪਰ ਮੈਂ ਕੱਲਾ ਸੀ, ਤੇ ਅੱਗ ਮਚੀ ਹੋਵੇ ਕੱਲੀ ਤੇ ਉਹ ਦੂਰ ਤੱਕ ਨਹੀਂ ਜਾ ਸਕਦੀ। ਮਿਲਿਓ ਪੌਣ ਸਮ ਤੂੰ ਅਬਾਏ, ਪਰ ਤੂੰ ਹੁਣ ਹਵਾ ਬਣ ਕੇ ਮੈਨੂੰ ਆ ਮਿਲਿਆ, ਹੁਣ ਮੈਂ ਆਪਣਾ ਜਿੰਨਾ ਬਲ ਹੈ ਪੂਰਾ ਲਾ ਕੇ ਗੁਰੂ ਦਾ ਨੁਕਸਾਨ ਕਰ ਸਕਦਾ। ਪਹਿਲਾਂ ਮੈਂ ਕੱਲੀ ਅੱਗ ਸੀ, ਇੱਕ ਜਗ੍ਹਾ ਤੇ ਪਈ ਹੋਈ ਧੁਖੀ ਜਾਂਦਾ ਸੀ, ਪਰ ਹੁਣ ਤੂੰ ਹਵਾ ਸਮਾਨ ਆ ਮਿਲਿਆ, ਹੁਣ ਜਦੋਂ ਹਵਾ ਚੱਲ ਜੇ ਫਿਰ ਅੱਗ ਦੂਰ ਤੱਕ ਫੈਲ ਜਾਂਦੀ, ਦੂਰ ਤੱਕ ਪਹੁੰਚ ਜਾਂਦੀ ਹੈ। ਜਿਉਂ ਕਿਉਂ ਕਰ ਲੇ ਬਾਤ ਬਣਾਏ, ਜਿਵੇਂ ਕਿਵੇਂ ਕਰਕੇ ਆਪਾਂ ਆਪਣੀ ਗੱਲ ਬਣਾਵਾਂਗੇ ਰਤਨ ਚੰਦ, ਫਿਕਰ ਨਾ ਕਰ, ਜੋ ਤੂੰ ਕਹੇਗਾ ਜਿਵੇਂ ਤੂੰ ਕਹੇਗਾ ਮੈਂ ਕਰਾਂਗਾ, ਆਪਣਾ ਕਾਰਜ ਜ਼ਰੂਰ ਸਿੱਧ ਕਰਾਂਗੇ। ਮਨੋ ਉਡੀਕਤ ਕੋ ਚੱਲ ਆਇਓ, ਮਾਨੋ ਮੈਂ ਤਾਂ ਉਡੀਕ ਹੀ ਰਿਹਾ ਸੀ ਤੈਨੂੰ, ਤੇ ਉਡੀਕਦੇ ਨੂੰ ਤੂੰ ਆ ਮੈਨੂੰ ਦਰਸ਼ਨ ਦਿੱਤੇ ਨੇ, ਤੂੰ ਮੈਨੂੰ ਆ ਮਿਲਿਆ, ਬਸ ਹੁਣ ਤਾਂ ਸਮਝ ਲਓ ਆਪਣਾ ਕਾਰਜ ਹੋ ਜਾਏਗਾ। ਕਰ ਉਦਮ ਹੋਏ ਮਨ ਪਾਇਓ, ਔਰ ਉਦਮ ਕੀਤਾ ਤੈਂ ਆਪਣਾ ਮਨ ਭਾਉਂਦਾ ਕਾਰਜ ਹੋਵੇਗਾ। ਕਰਮ ਚੰਦ ਇਮ ਧੀਰਜ ਦੀਨ, ਕਰਮ ਚੰਦ ਨੇ ਇੱਦਾਂ ਰਤਨ ਚੰਦ ਨੂੰ ਧੀਰਜ ਦਿੱਤਾ, ਉਹਨੂੰ ਹੌਸਲਾ ਦਿੱਤਾ। ਆਪਣੇ ਘਰ ਮੈਂ ਆਦਰ ਕੀਨ, ਔਰ ਆਪਣੇ ਘਰ ਦੇ ਵਿੱਚ ਇਹਦਾ ਆਦਰ ਕੀਤਾ, ਘਰ ਵਿੱਚ ਵਿਸ਼ਰਾਮ ਦਿੱਤਾ, ਰਹਿਣ ਨੂੰ ਜਗ੍ਹਾ ਦਿੱਤੀ, ਵੀ ਤੂੰ ਮੇਰੇ ਕੋਲ ਹੀ ਰਹਿਣਾ ਜਲੰਧਰ ਜਿੰਨਾ ਚਿਰ ਰਹਿਣਾ, ਆਪਾਂ ਰਲ ਕੇ ਵਿਉਂਤ ਬੰਦੀ ਬਣਾਵਾਂਗੇ, ਜਿਵੇਂ ਤੂੰ ਕਹੇਗਾ ਉਸੇ ਤਰ੍ਹਾਂ ਕਰਾਂਗੇ। ਖਾਨ ਪਾਨ ਕੀ ਲੇ ਸਭ ਸਾਰ, ਇਹਦੇ ਖਾਨ ਇਹਦੇ ਨਾਲ ਹੋਰ ਵੀ ਬੰਦੇ ਆਏ ਸੀ ਰਤਨ ਚੰਦ ਦੇ ਨਾਲ, ਕਰਮ ਚੰਦ ਨੇ ਉਹਨਾਂ ਸਾਰਿਆਂ ਦੇ ਖਾਣ ਪਾਨ ਦੀ ਲੰਗਰ ਪ੍ਰਸ਼ਾਦੇ ਦੀ ਸਾਰ ਸੰਭਾਲ ਲਈ, ਆਰਾਮ ਕਰਨ ਵਾਸਤੇ ਮੰਜੇ ਬਿਸਤਰੇ ਦਿੱਤੇ। ਮਿਲੇ ਦੁਖੀ ਦੋਨੋ ਕੁਰਿਆਰ, ਦੋਵੇਂ ਰੱਜ ਕੇ ਕੂੜਿਆਰ ਝੂਠੇ ਨੇ, ਬੜੇ ਦੁਖੀ ਹੋ ਕੇ ਡਾਢੇ ਮਨਾਂ ਦੇ ਦੁਖੀਆਂ ਦੇ ਦੁਖੀ ਮਨਾਂ ਦੇ ਨਾਲ ਇਹ ਆਪੋ ਵਿੱਚ ਮਿਲਦੇ ਨੇ, ਗੱਲਾਂ ਕਰਦੇ ਆਪਣੇ ਆਪਣੇ ਪਿਓਆਂ ਦੀਆਂ, ਵੀ ਮੇਰਾ ਬਾਪ ਏਡਾ ਸੀ ਚੰਗਾ, ਮੇਰਾ ਬਾਪ ਐਸਾ ਸੀ, ਇੱਦਾਂ ਗੱਲਾਂ ਕਰਦੇ ਆਪਸ ਵਿੱਚ ਬਹਿ ਕੇ ਮਿਲ ਕੇ ਦੁਖੀ ਹੋ ਕੇ। ਦੋਹਰਾ ਰਿਓ ਨਿਸਾ ਮੈਂ ਮਿਲ ਦੁਖੀ, ਗੁਰ ਨਿੰਦਕ ਕੋੜਿਆਰ, ਇੱਦਾਂ ਗੁਰੂ ਪਾਤਸ਼ਾਹ ਦੇ ਜਿਹੜੇ ਰੱਜ ਕੇ ਨਿੰਦਕ ਨੇ, ਨਿੰਦਕ ਹੀ ਨੇ ਦੋਵੇਂ, ਰੱਜ ਕੇ ਨਿੰਦਾ ਕਰਨ ਵਾਲੇ ਦੋਵੇਂ ਨਿੰਦਕ ਰਾਤ ਨੂੰ ਬੜੇ ਦੁਖੀ ਨੇ, ਨੀਂਦ ਦੋਨਾਂ ਨੂੰ ਨਹੀਂ ਪਈ। ਗੁਰੂ ਘਰ ਦੇ ਦੁਖੀਆਂ ਨੂੰ ਕਿੱਥੇ ਨੀਂਦ ਪੈਂਦੀ ਹੈ? ਜਿਹੜੇ ਗੁਰੂ ਘਰ ਦੇ ਦੁਖੀ ਨੇ, ਨਿੰਦਕ ਨੇ, ਉਹਨਾਂ ਨੂੰ ਨੀਂਦ ਨਹੀਂ ਪੈਂਦੀ, ਹਵੜਾ ਹਵੜਾ ਕੇ ਉੱਠਦੇ ਨੇ ਉਹ, ਪੈ ਪੀਤ ਹੋ ਕੇ। ਤੋ ਇਸ ਪ੍ਰਕਾਰ ਨਾਲ ਇਹ ਦੁਖੀ ਹੋਏ ਸਾਰੀ ਰਾਤ ਦੁੱਖ ਦੇ ਵਿੱਚ, ਚਿੰਤਾ ਵਿੱਚ, ਫਿਕਰ ਵਿੱਚ ਇਹਨਾਂ ਨੇ ਬਤੀਤ ਕੀਤੀ। ਕਰਮ ਚੰਦ ਸੋ ਤਬ ਕਹਿਓ,
ਰਤਨ ਚੰਦ ਦੁੱਖ ਤਾਰ। ਰਤਨ ਚੰਦ ਘੇਰੜ, ਜੋ ਭਗਵਾਨ ਦਾਸ ਘੇਰੜ ਦਾ ਪੁੱਤਰ ਹੈ, ਇਹ ਕਰਮ ਚੰਦ ਨੂੰ, ਜੋ ਚੰਦੂ ਦਾ ਲੜਕਾ ਹੈ, ਉਹਨੂੰ ਕਹਿ ਰਿਹਾ ਬੜਾ ਦੁਖੀ ਹੋ ਕੇ, ਬੜੇ ਡਾਢੇ ਦੁੱਖ ਦੇ ਨਾਲ ਇਹ ਬਹਿ ਕੇ ਸਲਾਹਾਂ ਕਰ ਰਹੇ ਨੇ ਵੀ ਆਪਾਂ ਸੂਬੇ ਜਲੰਧਰ ਨੂੰ ਮਿਲੀਏ। ਰਤਨ ਚੰਦ ਕਹਿੰਦਾ ਮੇਰਾ ਮਿੱਤਰ ਹੈ ਸੂਬਾ ਜਲੰਧਰ। ਕਰਮ ਚੰਦ ਕਹਿੰਦਾ ਕੋਈ ਨੀ, ਮੈਂ ਵੀ ਤੇਰੇ ਨਾਲ ਚੱਲਾਂਗਾ, ਪ੍ਰਭਾਵ ਦੋਨਾਂ ਦਾ ਪਵੇਗਾ ਆਪਣਾ। ਹੁਣ ਤਾਂ ਉਹਨੂੰ ਨਾਲ ਲੈ ਕੇ ਫੌਜ ਚੜਾ ਕੇ ਚੱਲੀਏ ਗੁਰੂ ਜੀ ਤੇ, ਬਸ ਇਹੀ ਰਸਤਾ ਦਿਸਦਾ, ਏਦਾਂ ਆਪਣਾ ਮਨਸੂਬਾ ਪੂਰਾ ਸਿੱਧ ਹੋ ਸਕਦਾ। ਤੇ ਰਲ ਕੇ ਸਲਾਹਾਂ ਕਰਕੇ ਸੂਬੇ ਜਲੰਧਰ ਕੋਲ ਪੇਸ਼ ਹੋ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, 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 ਜੈਕਾਰ ਕੀਓ ਧਰਮੀਆਂ ਕਾ, ਜੈਕਾਰ ਕੀਓ ਧਰਮੀਆਂ ਕਾ, ਜੈਕਾਰ ਕੀਓ ਧਰਮੀਆਂ ਕਾ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦਿਓ ਏ, ਪਾਪੀ ਕੋ ਦੰਡ ਦਿਓ ਏ, ਪਾਪੀ ਕੋ ਦੰਡ ਦਿਓ, 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 ਵਾਹਿਗੁਰੂ ਵਾਹਿਗੁਰੂ, 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 ਹੇ ਅਚੁੱਤ ਹੇ
ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਗੋਬਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਿਆਰ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧਿ ਦਿਆਲ ਅਖਰ ਹਰ ਮਨ ਬਸਤ ਨਾਨਕ